ਕਬਲਿ ਹੋ ਤੁਮ ਕਥਾ ਸੁਧਾਰੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਸਾਧੂ ਧਰ ਆਨੰਦ ਔਰ ਮਹਾਰਾਜ ਕਿਸ ਸਥਾਨ, ਵਿਚਰਤ ਹੁਤੇ ਸਮੀਪ ਕਿਤ, ਕੀਨ ਪਾਨ ਜਲ ਆਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਅਤਿਅੰਤ ਵਡਭਾਗੇ ਹੋ ਜੋ ਬੰਦੀ ਛੋੜ ਦਾਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਯਾਦ ਕਰ ਰਹੇ ਹੋ, ਜੋ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਨੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦੇ ਗਵਾਲੀਅਰ ਦੇ ਕਿਲ੍ਹੇ ਤੋਂ 52 ਰਾਜਿਆਂ ਨੂੰ ਛੁਡਾ ਕੇ ਲਿਆਉਣ ਦੀ ਖੁਸ਼ੀ ਵਿੱਚ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਣ ਦੇ ਦੀਪਮਾਲਾ ਸ਼ੁਰੂ ਕੀਤੀ ਸੀ। ਅੱਜ ਤੱਕ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਹ ਦੀਵਾਲੀ ਮਨਾਈ ਜਾਂਦੀ ਹੈ ਔਰ ਸਾਧ ਸੰਗਤ ਜੀ ਇਹ ਬਹੁਤ ਵੱਡਾ ਇਤਿਹਾਸ ਹੈ ਸਤਿਗੁਰਾਂ ਦਾ, ਬੰਦੀ ਛੋੜ ਦਾਤਾ ਜੀ ਦਾ, ਜਿਨ੍ਹਾਂ ਰਾਜਿਆਂ ਨੂੰ ਸਦਾ ਹੀ ਉਸ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਰਹਿਣਾ ਪੈਣਾ ਸੀ, ਜਿਹੜੇ ਕਦੀ ਵੀ ਉਸ ਜੇਲ੍ਹ ਖਾਨੇ 'ਚੋਂ ਛੁੱਟ ਨਹੀਂ ਸੀ ਸਕਦੇ, ਅੰਦਰ ਹੀ ਮਰਨਾ ਸੀ, ਸੰਸਕਾਰ ਵੀ ਉਹਨਾਂ ਦਾ ਅੰਦਰ ਹੋਣਾ ਸੀ ਅਤੇ ਕਬਰ ਵੀ ਉਹਨਾਂ ਦੀ ਅੰਦਰ ਹੀ ਬਣਨੀ ਸੀ। ਕਾਨੂੰਨ ਬਣਿਆ ਹੋਇਆ ਸੀ ਬਾਦਸ਼ਾਹ ਜਹਾਂਗੀਰ ਵੱਲੋਂ, ਉਸ ਕਾਨੂੰਨ ਨੂੰ ਕੋਈ ਵੀ ਨਹੀਂ ਸੀ ਤੋੜ ਸਕਦਾ ਸਿਵਾਏ ਛੇਵੇਂ ਪਾਤਸ਼ਾਹ ਦੇ। ਇਸੇ ਕਰਕੇ ਭਾਈ ਗੁਰਦਾਸ ਜੀ ਨੇ ਲਿਖਿਆ ਨਾ, ਬੰਧਨ ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੈ ਉਡੀਣਾ। ਸਤਿਗੁਰੂ ਆਪਣੇ ਸਿੱਖਾਂ ਦੇ ਬੰਧਨ ਕੱਟਣ ਵਾਲੇ ਨੇ, ਇਹ ਵਿਸ਼ਵਾਸ ਕਿਵੇਂ ਹੋਵੇ। ਗੁਰਬਾਣੀ ਵਿੱਚ ਬਚਨ ਆਉਂਦਾ, ਮੂਹੇ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੇ ਕੋਇਲਾ। ਹੇ ਵਾਹਿਗੁਰੂ, ਜੇ ਮੈਨੂੰ ਮਰਨ ਤੋਂ ਬਾਅਦ ਮੁਕਤੀ ਦਿਓਗੇ, ਉਸ ਮੁਕਤੀ ਨੂੰ ਕੋਈ ਜਾਣਦਾ ਨਹੀਂ, ਮੁਕਤੀ ਹੋਵੇਗੀ ਜਾਂ ਨਾ ਹੋਵੇਗੀ। ਜਿੰਨਾ ਚਿਰ ਪ੍ਰਤੱਖ ਨਹੀਂ ਕਰਕੇ ਦਿਖਾਉਂਦੇ, ਉਹਨਾਂ ਚਿਰ ਮੰਨਣ 'ਚ ਨਹੀਂ ਆਉਂਦਾ। ਸਤਿਗੁਰੂ ਛੇਵੇਂ ਪਾਤਸ਼ਾਹ ਨੇ ਪ੍ਰਤੱਖ ਕਰਕੇ ਵਿਖਾ ਦਿੱਤਾ ਵੀ ਸਤਿਗੁਰ ਬੰਦੀ ਛੋੜ ਹੈ, ਬੰਧਨ ਕੱਟਣ ਵਾਲਾ ਹੈ। ਸਤਿਗੁਰ ਸਿੱਖ ਕੇ ਬੰਧਨ ਕੱਟ ਹੈ, ਜਿੱਥੇ ਮਾਇਆ ਮੋਹ ਦੇ, ਰਾਗ ਦੁਵੈਸ਼ ਦੇ, ਈਰਖਾ ਦੇ ਬੰਧਨ ਗੁਰੂ ਕੱਟਦਾ, ਉੱਥੇ ਪ੍ਰਤੱਖ ਵੀ ਜੇਲ੍ਹਾਂ ਵਿੱਚੋਂ ਛੁਡਾ ਲੈਂਦਾ, ਬੰਧਨ ਕੱਟਦਾ। ਅਤੇ ਕਾਨੂੰਨ ਇਹੋ ਜਿਹਾ ਸਖਤ ਸੀ ਵੀ ਇਹ ਬੰਦੇ ਕਦੀ ਗਵਾਲੀਅਰ ਦੇ ਕਿਲ੍ਹੇ ਤੋਂ ਬਾਹਰ ਆ ਨਹੀਂ ਸੀ ਸਕਦੇ। ਬੰਦੀ ਛੋੜ ਦਾਤਾ ਜੀ ਉਹਨਾਂ 52 ਰਾਜਿਆਂ ਨੂੰ ਲੈ ਕੇ ਚੰਦੂ ਪਾਪੀ ਨੂੰ ਨੱਥ ਪਾ ਕੇ, ਜਿਹੜਾ ਚੰਦੂ ਕਹਿੰਦਾ ਸੀ ਵੀ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ 'ਚ ਹੀ ਮਾਰ ਦਿਆਂਗਾ, ਗੁਰੂ ਹੁਣ ਕਿਲ੍ਹੇ ਤੋਂ ਬਾਹਰ ਆ ਹੀ ਨਹੀਂ ਸਕਣਗੇ, ਉਹ ਆਪ ਗੁਰੂ ਸਾਹਿਬ ਦੀ ਗ੍ਰਿਫਤ ਵਿੱਚ ਫਸ ਗਿਆ। ਸਤਿਗੁਰਾਂ ਨੇ ਨੱਕ ਪਾੜ ਕੇ ਨੱਥ ਪਾਈ ਅਤੇ ਕੁੱਤਿਆਂ ਵਿੱਚ ਬੰਨ ਕੇ ਦੁਸ਼ਟ ਪਾਪੀ ਚੰਦੂ ਨੂੰ ਲਾਹੌਰ ਤੱਕ ਲਿਆਂਦਾ ਦਿੱਲੀ ਤੋਂ। ਸਾਧ ਸੰਗਤ ਜੀ ਜਿਹੜੇ ਜਿਹੜੇ ਸ਼ਹਿਰ ਵਿੱਚ ਲੰਘਦੇ ਸੀ ਨਾ ਰਸਤੇ ਵਿੱਚ, ਸੋਨੀਪਤ, ਪਾਣੀਪਤ, ਕਰਨਾਲ, ਕੁਰਸ਼ੇਤਰ, ਅੰਬਾਲਾ, ਰਾਜਪੁਰਾ,
ਸਰਹੰਦ, ਲੁਧਿਆਣਾ, ਜਲੰਧਰ ਵਗੈਰਾ ਸ਼ਹਿਰ ਪੈਂਦੇ ਹੈ। ਜਿੱਥੇ ਜਿੱਥੇ ਠਹਿਰਦੇ ਸੀ ਉਹਨਾਂ ਬਾਜ਼ਾਰਾਂ ਵਿੱਚ ਚੰਦੂ ਨੂੰ ਘੁਮਾਉਂਦੇ ਸੀਗੇ, ਦੁਕਾਨਾਂ ਅਤੇ ਹੱਟੀਆਂ 'ਤੇ। ਭਾਈ ਬਿਧੀ ਚੰਦ ਜੀ ਨੱਕ 'ਚ ਨੱਥ ਪਾਈ ਸੀ, ਬਾਹਾਂ ਪਿੱਛੇ ਬੰਨੀਆਂ ਹੋਈ ਸੀ ਪਾਪੀ ਦੀਆਂ, ਅਤੇ ਸਿੱਖਾਂ ਨੂੰ ਦੱਸਦੇ ਸੀ ਵੀ ਇਹੋ ਪਾਪੀ ਚੰਦੂ ਹੈ ਜਿਹਨੇ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਜੀ ਨੂੰ ਤੱਤੀਆਂ ਤਵੀਆਂ 'ਤੇ ਬਿਠਾ ਕੇ ਤੱਤਾ ਰੇਤਾ ਸੀਸ ਵਿੱਚ ਪਾ ਕੇ ਸ਼ਹੀਦ ਕੀਤਾ। ਜਿਹੜਾ ਗੁਰੂ ਕਾ ਘਵਾਉਣ ਵਾਲਾ ਹੈ ਇਹਦੇ ਸਿਰ 'ਚ ਪੰਜ ਜੁੱਤੀਆਂ ਮਾਰੋ ਅਤੇ ਇਹਦੀ ਤਲੀ ਦੇ ਉੱਤੇ ਇੱਕ ਟਕਾ ਸੁੱਟੋ। ਇਸ ਤਰ੍ਹਾਂ ਚੰਦੂ ਦੀ ਦੁਰਦਸ਼ਾ ਕਰਦੇ ਜੁੱਤੀਆਂ ਮਰਵਾਉਂਦੇ ਲੈ ਕੇ ਜਦੋਂ ਅੰਮ੍ਰਿਤਸਰ ਸਾਹਿਬ ਆਏ, ਬਾਬਾ ਬੁੱਢਾ ਸਾਹਿਬ ਜੀ ਸਾਰੀਆਂ ਸੰਗਤਾਂ ਨੂੰ ਹੁਕਮ ਦਿੱਤਾ ਵੀ ਅੱਜ ਘਿਓ ਦੇ ਦੀਵੇ ਬਾਲ ਕੇ ਦੀਪਮਾਲਾ ਕੀਤੀ ਜਾਵੇ, ਐਤਕੀ ਦੀਵਾਲੀ 'ਤੇ ਸਾਰੀਆਂ ਹੀ ਸੰਗਤਾਂ ਆਉਣਗੀਆਂ। ਦੀਵਾਲੀ ਦਾ ਮੇਲਾ ਸ਼੍ਰੀ ਅੰਮ੍ਰਿਤਸਰ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਤੋਂ ਉਦੋਂ ਦਾ ਚੱਲ ਰਿਹਾ ਹੈ। ਦਸਵੇਂ ਪਾਤਸ਼ਾਹ ਦੇ ਹੱਥ ਦੇ ਲਿਖੇ ਹੋਏ ਹੁਕਮਨਾਮੇ ਪੰਥ ਕੋਲ ਮੌਜੂਦ ਹਨ, ਜਿਹੜੇ ਸਤਿਗੁਰੂ ਜੀ ਨੇ ਚਿੱਠੀਆਂ ਲਿਖੀਆਂ ਸਿੰਘਾਂ ਵੱਲ। ਉਹਨਾਂ ਚਿੱਠੀਆਂ 'ਚ ਆਉਂਦਾ, ਤੁਸਾਂ ਦੀਵਾਲੀ ਨੂੰ ਦਰਸ਼ਨ ਆਵਣਾ। ਇਹਦਾ ਮਤਲਬ ਹੈ ਵੀ ਗੁਰੂ ਸਾਹਿਬ ਮਹਾਰਾਜ ਵੀ ਦੀਵਾਲੀ ਦਾ ਮੇਲਾ ਅਨੰਦਪੁਰ ਸਾਹਿਬ ਲਾਉਂਦੇ ਰਹੇ। ਜਿੱਥੇ ਜਿੱਥੇ ਸਤਿਗੁਰੂ ਜੀ ਹੁੰਦੇ ਉੱਥੇ ਉੱਥੇ ਮੇਲਾ ਦੀਵਾਲੀ ਦਾ ਲੱਗਦਾ ਰਿਹਾ। ਪੰਜੇ ਹਥਿਆਰ ਬੰਨ ਕੇ ਆਉਣਾ, ਸ਼ਸਤਰ ਸਜਾ ਕੇ ਤਿਆਰ ਬਰ ਤਿਆਰ ਹੋ ਕੇ, ਢਾਲ, ਤਲਵਾਰ, ਬਰਛਾ, ਸ਼ਸਤਰ, ਬੰਦੂਕ, ਤੀਰ, ਕਮਾਨ ਲੈ ਕੇ ਆਉਣਾ। ਇਹ ਲਿਖਿਆ ਹੋਇਆ ਰਤਨਾ ਮਹਾਰਾਜ ਦੇ ਹੁਕਮਨਾਮਿਆਂ 'ਚ। ਦੀਵਾਲੀ ਦੇ ਮੇਲੇ ਨੂੰ ਕਾਇਮ ਰੱਖਣ ਲਈ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਬੰਦ ਬੰਦ ਕਟਵਾਏ ਨੇ, ਸ਼ਹੀਦੀ ਪਾਈ ਹੈ। ਇਹ ਖਾਲਸੇ ਪੰਥ ਦਾ ਤਿਉਹਾਰ ਹੈ, ਸਤਿਗੁਰੂ ਬੰਦੀ ਛੋੜ ਦਾਤੇ ਦੀ ਪਿਆਰੀ ਮਿੱਠੀ ਯਾਦ ਹੈ ਜਿਹੜੀ ਆਪਾਂ ਅੱਜ ਮਨਾ ਰਹੇ ਹਾਂ। ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ, ਅਤੇ ਕੁਦਰਤੀ ਇਤਿਹਾਸ ਵੀ ਛੇਵੇਂ ਪਾਤਸ਼ਾਹ ਦਾ ਹੀ ਚੱਲ ਰਿਹਾ। ਮਾਲਵੇ ਦੀ ਧਰਤੀ, ਮੋਗੇ ਦਾ ਇਲਾਕਾ, ਮੋਗੇ ਦੇ ਕੋਲ ਪਿੰਡ ਡਰੌਲੀ, ਭਾਈ ਸਾਈਂ ਦਾਸ ਦੇ ਘਰ, ਬੀਬੀ ਰਾਮੋ ਦੇ ਘਰ ਸਤਿਗੁਰੂ ਠਹਿਰੇ ਹੋਏ ਨੇ। ਉਧਰੋਂ ਸਾਧ ਸੰਗਤ ਜੀ ਗੁਰੂ ਕੇ ਪਿਆਰੇ ਸਿੱਖ ਭਾਈ ਸਾਧੂ ਅਤੇ ਉਹਦਾ ਪੁੱਤਰ ਰੂਪ ਚੰਦ, ਜਿਹਨੂੰ ਭਾਈ ਰੂਪਾ ਕਰਕੇ ਆਪਾਂ ਯਾਦ ਕਰਦੇ ਹਾਂ, ਗੁਰੂ ਦੇ ਪਿਆਰ ਭਿੱਜੀਆਂ ਰੂਹਾਂ ਪਾਣੀ ਦਾ ਕੁੰਨਾ ਲੈ ਕੇ ਖੇਤਾਂ ਦੇ ਵਿੱਚ ਲੱਕੜਾਂ ਵੱਢਣ ਜੰਗਲ 'ਚ ਗਏ ਨੇ, ਅਤੇ ਪਿਤਾ ਨੇ ਪਾਣੀ ਨੂੰ ਹੱਥ ਲਾਇਆ, ਕਹਿਣ ਲੱਗਾ ਪੁੱਤਰ ਪਾਣੀ ਬੜਾ ਠੰਡਾ ਹੈ, ਇਹ ਗੁਰੂ ਸਾਹਿਬ ਦੇ ਪੀਣ ਵਾਲਾ ਹੈ। ਪੁੱਤਰ ਕਹਿੰਦਾ ਹਾਂ ਪਿਤਾ ਜੀ, ਇਹ ਪਾਣੀ ਸਾਡੇ ਗਰੀਬਾਂ ਦੇ ਪੀਣ ਵਾਲਾ ਨਹੀਂ। ਇਉਂ ਦੋਵੇਂ ਪਿਓ ਪੁੱਤਰ ਵਾਰਤਾਲਾਪ ਕਰਦੇ, ਕਈ ਵਾਰੀ ਪਿਆਸ ਲੱਗਦੀ, ਪ੍ਰਾਣ ਸੁੱਕਦੇ। ਗਰਮੀ ਬੜੀ ਕਹਿਰ ਦੀ, ਜੇਠ ਦਾ ਮਹੀਨਾ ਸੀਗਾ, ਲੂਹਾਂ ਚੱਲ ਰਹੀਆਂ ਸੀ, ਜਦੋਂ ਪਾਣੀ ਨੂੰ ਹੱਥ ਲਾਉਂਦੇ ਠੰਡਾ ਵੇਖ ਕੇ ਬਹਿ ਜਾਂਦੇ। ਜੰਡ ਦੇ ਨਾਲ ਕੁੰਨਾ ਟੰਗਿਆ ਹੋਇਆ, ਲਗਭਗ ਉੱਥੋਂ 60-62 ਕਿਲੋਮੀਟਰ ਦੂਰ ਸਾਧ ਸੰਗਤ ਜੀ ਡਰੌਲੀ ਭਾਈ ਕੀ ਵਿੱਚ ਮਹਾਰਾਜ ਸ਼ਰਦ ਖਾਨੇ ਵਿੱਚ ਠੰਡੇ ਕਮਰੇ ਵਿੱਚ ਦੁਪਹਿਰ ਦਾ ਆਰਾਮ ਕਰ ਰਹੇ ਨੇ। ਇੱਕਦਮ ਉੱਠੇ ਨੇ, ਕਹਿੰਦੇ ਸਾਡਾ ਘੋੜਾ ਲਿਆਓ।
ਫਟਾਫਟ ਕੱਲੇ ਹੀ ਘੋੜੇ ਤੇ ਸਵਾਰ ਹੋ ਕੇ ਮਹਾਰਾਜ 60-62 ਕਿਲੋਮੀਟਰ ਉੱਥੋਂ ਬਣਦਾ। ਜੇ ਕਾਰ ਵਾਲਾ ਵੀ ਅੱਜ ਤੇਜ਼ ਦੌੜਾਵੇ ਤਾਂ 1 ਘੰਟਾ ਲੱਗ ਜਾਂਦਾ। ਸਤਿਗੁਰੂ ਤਤ ਸ਼ੇਨ ਉੱਥੇ ਆ ਪਹੁੰਚੇ ਨੇ, ਜੰਗਲ ਦੇ ਵਿੱਚ ਆਵਾਜ਼ਾਂ ਮਾਰਦੇ ਨੇ, ਭਾਈ ਕੋਈ ਸਾਨੂੰ ਪਾਣੀ ਪਿਆਓ, ਬੜੀ ਪਿਆਸ ਲੱਗੀ ਹੈ। ਸਾਧੂ ਨੇ ਆਵਾਜ਼ ਪਛਾਣੀ, ਉੱਠ ਕੇ ਮਾੜਾ ਜਿਹਾ ਹੌਸਲਾ ਕੀਤਾ, ਕਿਉਂਕਿ ਪਿਆਸ ਨਾਲ ਬੇਹੋਸ਼ੀ ਹੋ ਚੁੱਕੀ ਸੀ। ਦੋਵੇਂ ਪਿਓ ਪੁੱਤਰ ਬੇਹੋਸ਼ ਹੋ ਕੇ ਡਿੱਗੇ ਸਨ। ਹੋਸ਼ ਮਾੜੀ ਜੀ ਸੰਭਾਲੀ, ਸਤਿਗੁਰੂ ਸਾਹਮਣੇ ਆਏ, ਦਰਸ਼ਨ ਕੀਤੇ, ਗਰੀਬ ਨਿਵਾਜ ਨੂੰ ਪਾਣੀ ਪਿਆਇਆ। ਹਜ਼ੂਰ ਨੇ ਜਲ ਛਾ ਕੇ ਕਿਹਾ, ਭਾਈ ਰੁਪਿਆ ਪਾਣੀ ਸਾਰੀ ਜ਼ਿੰਦਗੀ ਜਿਹੋ ਜਿਹਾ ਨਹੀਂ ਮਿਲਿਆ, ਬੜਾ ਸਵਾਦ ਪਾਣੀ ਸੀ ਤੁਹਾਡਾ, ਜਿਹੜਾ ਜਲ ਤੁਸੀਂ ਛਕਾਇਆ ਇਹਦੇ ਵਰਗਾ ਜਲ ਨਹੀਂ ਕਦੀ ਛਕਿਆ, ਕਿਉਂਕਿ ਪ੍ਰੇਮ ਦੀ ਖੇਡ ਸੀ। ਪਿਆਰ ਦੇ ਭੁੱਖੇ ਮੇਰੇ ਸਤਿਗੁਰੂ ਛੇਵੇਂ ਪਾਤਸ਼ਾਹ ਜਦੋਂ ਇਹ ਬਚਨ ਭਾਈ ਰੂਪੇ ਨੂੰ, ਭਾਈ ਸਾਧੂ ਨੂੰ ਕਹਿ ਰਹੇ ਸਨ, ਦੋਵੇਂ ਪਿਓ ਪੁੱਤਰ ਬਲਿਹਾਰ ਬਲਿਹਾਰ ਜਾ ਰਹੇ ਸਨ। ਸਾਧ ਸੰਗਤ ਜੀ, ਭਾਈ ਸਾਧੂ ਅਤੇ ਭਾਈ ਰੂਪੇ ਨੇ ਪੁੱਛਿਆ, ਮਹਾਰਾਜ ਤੁਸੀਂ ਇੱਧਰ ਕੀ ਲੈਣ ਆਏ ਸੀ ਇੰਨੀ ਦੂਰ ਗਰਮੀ ਵਿੱਚ, ਕਿਉਂਕਿ ਤੁਹਾਡਾ ਡੇਰਾ ਤਾਂ ਇੱਥੋਂ 60 ਮੀਲ ਦੂਰ ਹੈ, ਡਰੋਲੀ ਮੋਗੇ ਦੇ ਕੋਲ ਹੈ, ਅਤੇ ਸਾਧ ਸੰਗਤ ਜੀ ਜਿੱਥੇ ਜਲ ਛਕਿਆ ਨਾ ਭਗਤਾ ਭਾਈ ਕਾ, ਬਰਨਾਲੇ ਤੋਂ ਬਾਜਾ ਖਾਨਾ ਰੋਡ, ਜਿਹੜੇ ਉਸ ਇਲਾਕੇ ਅਤੇ ਮਾਲਵੇ 'ਚ ਸਿੰਘ ਜਾਣਦੇ ਆ ਵਿਚਰੇ ਹੋਣਗੇ, ਉੱਥੋਂ 60-62 ਕਿਲੋਮੀਟਰ ਦਾ ਸਫ਼ਰ ਬਣ ਜਾਂਦਾ। ਦਾਸ ਨੇ ਕਈ ਵਾਰੀ ਗੱਡੀ 'ਚ ਸਫ਼ਰ ਕੀਤਾ, ਉੱਥੇ ਉਹ ਇਲਾਕਾ ਵੇਖਿਆ। ਤੁਹਾਡੇ ਵਿੱਚੋਂ ਵੀ ਗੁਰਸਿੱਖਾਂ ਨੇ ਦਰਸ਼ਨ ਕੀਤੇ ਹੋਣਗੇ, ਹੋ ਸਕਦਾ ਕਈ ਉਸ ਇਲਾਕੇ ਦੇ ਹੀ ਹੋਣਗੇ। ਲਾਗੇ ਲਾਗੇ ਬੜੇ ਇਤਿਹਾਸਿਕ ਪਿੰਡ ਹਨ, ਦੀਨਾ ਕਾਂਗੜ, ਦਿਆਲਪੁਰਾ ਭਾਈ ਕਾ, ਮਿਰਜ਼ਾ ਦਿਆਲਪੁਰ, ਦਿਆਲਪੁਰਾ ਮਿਰਜ਼ੇ ਕਾ, ਭਾਈ ਰੂਪਾ, ਭਾਈ ਭਗਤਾ ਅਤੇ ਕੋਠਾ ਗੁਰੂ ਕਾ, ਇਹ ਇਤਿਹਾਸਿਕ ਪਿੰਡ ਨੇ ਉੱਥੇ ਲਾਗੇ 'ਚ। ਉੱਥੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ ਵੇਖ ਕੇ ਭਾਈ ਰੂਪ ਚੰਦ ਅਤੇ ਭਾਈ ਸਾਧੂ ਹੈਰਾਨ ਨੇ ਵੀ ਸਤਿਗੁਰੂ ਇੰਨੀ ਦੂਰ ਇਕੱਲੇ ਨਾਲ ਕੋਈ ਸੇਵਾਦਾਰ ਨਹੀਂ, ਜਦੋਂ ਜਾਂਦੇ ਸ਼ਿਕਾਰ ਖੇਡਣ ਤਾਂ 100-100 ਸਿੰਘ, 200-200 ਸਿੰਘ ਨਾਲ ਜਾਂਦੇ ਸੀ, ਅੱਜ ਇਕੱਲੇ ਹੀ ਆ ਗਏ ਨੇ, ਅਤੇ ਇਹ ਪੁੱਛ ਰਹੇ ਨੇ ਸੱਚੇ ਪਾਤਸ਼ਾਹ ਕੋਲੋਂ, ਅਤੇ ਹਜ਼ੂਰ ਕੀ ਜਵਾਬ ਦੇਣਗੇ। ਆਓ ਸਰਵਣ ਕਰੀਏ ਕਥਾ ਪ੍ਰੇਮ ਨਾਲ, ਮੀਰੀ ਪੀਰੀ ਦੇ ਮਾਲਕ ਦੇ ਚਰਨਾਂ 'ਚ ਸੁਰਤੀ ਜੋੜੀਏ, ਸਾਰੀ ਸੰਗਤ ਆਖੀਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਾਧੂ ਧਰ ਆਨੰਦ ਔਰ ਮਹਾਰਾਜ ਕਿਸ ਥਾਨ। ਭਾਈ ਸਾਧੂ ਬੜਾ ਖੁਸ਼ ਹੋ ਗਿਆ ਜਦੋਂ ਉਹਨੇ ਗੁਰੂ ਸਾਹਿਬ ਨੂੰ ਪਾਣੀ ਪਿਆਇਆ ਤੇ ਫਿਰ ਆਪ ਪੀਤਾ, ਤੇ ਹੱਥ ਜੋੜ ਕੇ ਕਹਿੰਦਾ, ਹੇ ਗਰੀਬ ਨਿਵਾਜ, ਹੇ ਰਾਜਿਆਂ ਦੇ ਰਾਜੇ, ਹੇ ਮਹਾਰਾਜਿਆਂ ਦੇ ਮਹਾਰਾਜੇ, ਸੱਚੇ ਪਾਤਸ਼ਾਹ ਜੀਓ, ਵਿਚਰਤ ਹੁਤੇ ਸਮੀਪ ਕਿਤ ਕੀਨ ਪਾਨ ਚਲ ਆਨ। ਮਹਾਰਾਜ ਲੱਗਦਾ ਕਿਤੇ ਨੇੜੇ ਹੀ ਹੋਵੋਗੇ, ਇੱਥੇ ਕਿਤੇ ਇਕੱਲੇ ਫਿਰਦੇ ਮਹਾਰਾਜ ਜੀ, ਇੰਨੀ ਛੇਤੀ ਆ ਕੇ ਪਾਣੀ ਪੀ ਲਿਆ, ਕਿਉਂਕਿ ਬੜਾ ਅਸਚਰਜ ਇਹ ਨਜ਼ਾਰਾ ਸੀਗਾ ਵੀ ਉਸ ਰੋਹੀ ਦੇ ਵਿੱਚ, ਜੰਗਲ ਦੇ ਵਿੱਚ ਇੰਨੀ ਧੁੱਪ, ਇੰਨੀ ਗਰਮੀ ਪੈ ਰਹੀ ਸੀ ਵੀ ਜਿਵੇਂ ਪੰਜਾਬੀ ਦੀ ਕਹਾਵਤ ਹੈ ਵੀ ਕਾਂ ਦੀ ਅੱਖ ਨਿਕਲਦੀ ਸੀ ਗਰਮੀ ਨਾਲ, ਇੰਨੀ ਗਰਮੀ ਸੀ ਕੋਈ ਜਾਨਵਰ ਪੰਛੀ ਵੀ ਬਾਹਰ ਆਲਣਿਆ ਤਾਂ ਝਾਕ ਨਹੀਂ ਸੀ ਸਕਦਾ। ਅਤੇ ਗੁਰੂ ਸਾਹਿਬ ਮਹਾਰਾਜ, ਤੁਸੀਂ ਕਿਵੇਂ ਇੰਨੀ ਗਰਮੀ 'ਚ ਆ ਗਏ, ਕਿਤੇ ਨੇੜੇ ਹੀ ਹੋਵੋਗੇ ਜਿਹੜੇ ਆ ਗਏ ਹੋ।
ਜੋ ਪਈ ਉਚਿਤ ਆਪ ਕੇ ਹਮਨੇ ਜਾਣਾ। ਸੱਚੇ ਪਾਤਸ਼ਾਹ ਇਹ ਪਾਣੀ ਤੁਹਾਡੇ ਪੀਣ ਯੋਗ ਸਮਝਿਆ ਅਸੀਂ, ਤੁਮ ਹਿਤ ਧਰਿਓ ਕਿਓ ਨਾ ਪਾਨਾ, ਤੁਹਾਡੇ ਵਾਸਤੇ ਰੱਖ ਛੱਡਿਆ ਆਪ ਨਹੀਂ ਪੀਤਾ। ਅਸੀਂ ਸੋਚਿਆ ਵੀ ਇਹ ਪਾਣੀ ਮਹਾਰਾਜ ਮੀਰੀਆਂ ਪੀਰੀਆਂ ਦੇ ਮਾਲਕ ਪੀਣਗੇ। ਕਿਰਪਾ ਧਾਰ ਕਰ ਪੁਰਵੀ ਆਸ। ਸੱਚੇ ਪਾਤਸ਼ਾਹ ਆਪ ਜੀ ਨੇ ਬੜੀ ਕਿਰਪਾ ਕੀਤੀ ਹੈ, ਬੜੀ ਬਖਸ਼ਿਸ਼ ਕੀਤੀ, ਸਾਡੀ ਆਸਾ ਪੂਰੀ ਕਰ ਦਿੱਤੀ, ਆ ਕੇ ਦਰਸ਼ਨ ਦਿੱਤੇ। ਦਾਸ ਜਾਣ ਕਰ ਪਹੁੰਚੇ ਪਾਸ, ਆਪਣਾ ਦਾਸ ਜਾਣ ਕੇ ਕੋਲ ਆ ਪਹੁੰਚੇ ਹੋ। ਸੁਣ ਸਤ ਗੁਰੂ ਪ੍ਰਤਾਨ ਬਖਾਨਾ। ਭਾਈ ਸਾਧੂ ਦਾ ਸਵਾਲ ਸੁਣ ਕੇ ਸਤਿਗੁਰੂ ਪਾਤਸ਼ਾਹ ਜੀ ਬੋਲੇ, ਤੀਸ ਕੋਸ ਹਮ ਕੀਨ ਭਿਆਨਾ। ਕਹਿਣ ਲੱਗੇ ਨਹੀਂ ਸਾਧੂ, ਤੇਰਾ ਪਾਣੀ ਪੀਣ ਲਈ 30 ਕੋਹ ਤੋਂ ਚੱਲ ਕੇ ਆਏ, 30 ਕੋਹ ਤੋਂ ਡਰੋਲੀਓ ਆਏ ਅਸੀਂ ਪਾਣੀ ਪੀਣ ਵਾਸਤੇ। ਤਾਏ ਪੀਵਨ ਨੀਰ ਤੁਮਾਰਾ। ਸਾਨੂੰ ਖਿੱਚ ਪੈ ਗਈ ਤੇਰੇ ਪਿਆਰ ਦੀ, ਕਿ ਸਾਡੇ ਸਿੱਖ ਪਿਆਸੇ ਪਏ ਨੇ। ਇਹ ਨਿਯਮ ਕਰ ਲਿਆ ਸੀ ਦੋਵਾਂ ਪਿਓ ਪੁੱਤਰਾਂ ਨੇ, ਭਾਈ ਰੂਪੇ ਨੇ ਤੇ ਭਾਈ ਸਾਧੂ ਨੇ, ਜਿੰਨਾ ਚਿਰ ਗੁਰੂ ਸਾਹਿਬ ਆ ਕੇ ਪਾਣੀ ਨਹੀਂ ਪੀਂਦੇ ਅਸੀਂ ਨਹੀਂ ਪੀਣਾ। ਤੇ 30 ਕੋਹ 60-70 ਕਿਲੋਮੀਟਰ ਦੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਅਸੀਂ ਪਾਣੀ ਪੀਣ ਆਏ ਆ। ਜੇਠ ਦੁਪਹਿਰੀ ਅਬ ਕਛ ਢਾਰਾ। ਜੇਠ ਦੀ ਦੁਪਹਿਰੀ ਹੈ, ਬੜੀ ਕਹਿਰ ਦੀ ਗਰਮੀ ਪੈ ਰਹੀ, ਧਰਤੀ ਸੜ ਰਹੀ ਹੈ। ਕਾਰ ਤੇ ਖਾਨਨ ਕੀ ਅਬ ਤਿਆਗੋ। ਤੇ ਮਹਾਰਾਜ ਕਹਿੰਦੇ ਲਓ ਵੀ ਤੁਹਾਡਾ ਪਾਣੀ ਪੀ ਲਿਆ, ਤੇ ਅੱਜ ਤੋਂ ਬਾਅਦ ਤੁਸੀਂ ਤਰਖਾਣਾ ਵਾਲਾ ਕੰਮ ਛੱਡ ਦਿਓ। ਹੁਣ ਆਹ ਲੱਕੜਾਂ ਵੱਢਣੀਆਂ ਤੇ ਲੱਕੜਾਂ ਦਾ ਸਮਾਨ ਬਣਾ ਕੇ ਵੇਚਣਾ ਗੁਜ਼ਾਰੇ ਵਾਸਤੇ, ਇਹ ਉਹਨਾਂ ਦਾ ਕੰਮ ਸੀ, ਕਿਉਂਕਿ ਭਾਈ ਰੂਪਾ ਜੀ ਤਰਖਾਣ ਜਾਤੀ ਵਿੱਚੋਂ ਹੋਏ ਨੇ। ਇਹਨਾਂ ਦੇ ਨਾਨਾ ਜੀ ਭਾਈ ਆਕਲ ਜੀ ਤਰਖਾਣ ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਸਿੱਖ ਬਣੇ, ਅਤੇ ਉਹਨਾਂ ਦੇ ਅੱਗੋਂ ਉਹਨਾਂ ਦੀ ਬੇਟੀ ਦਾ ਸੰਬੰਧ ਹੋਣ ਕਰਕੇ ਭਾਈ ਸਾਧੂ ਜੀ ਆ। ਕੱਲ੍ਹ ਪਰਸੋਂ ਆਪਾਂ ਕਥਾ ਸੁਣੀ ਹੈ ਵੀ ਸਰਵਰ ਦੀ ਲਾਲਾਂ ਵਾਲੇ ਦੀ ਸੇਵਾ ਛੱਡ ਕੇ ਗੁਰੂ ਕੇ ਸਿੱਖ ਬਣੇ, ਅਤੇ ਮਹਾਰਾਜ ਕਹਿੰਦੇ ਭਾਈ ਹੁਣ ਲਾਲਾਂ ਵਾਲੇ ਦੀ ਸੇਵਾ ਵੀ ਛੱਡੀ, ਗੁਰੂ ਦੇ ਸਿੱਖ ਬਣੇ, ਹੁਣ ਇਹ ਤਖਾਣਾ ਵਾਲਾ ਕੰਮ ਵੀ ਛੱਡ ਦਿਓ। ਕਰਹੋ ਦੇਖ ਗੁਰ ਕੀ ਅਨਰਾਗ ਹੋ। ਹੁਣ ਸੇਵਾ ਹੋਰ ਦਿੱਤੀ ਤੁਹਾਨੂੰ, ਹੁਣ ਗੁਰੂ ਦੀ ਦੇਗ ਚਲਾਇਆ ਕਰੋ, ਲੰਗਰ ਚਲਾਇਆ ਕਰੋ। ਹਮ ਪਰਸਾਨ ਪਰ ਜਾਚਨ ਕੀਜੈ। ਭਾਈ ਸਾਧੂ ਭਾਈ ਰੂਪਾ ਤੁਹਾਡੀ ਸੇਵਾ ਵੇਖ ਕੇ ਅਸੀਂ ਪਰੇਸ਼ਾਨ ਹੋਏ ਆ, ਮੰਗੋ ਕੀ ਮੰਗਣਾ ਹੈ। ਅਬਲਾਖਸ ਸੁਖ ਪਾਏ ਸੋ ਲੀਜੈ। ਜਿਹੜੀ ਮੰਗ ਮੰਗੋਗੇ ਉਹੀ ਮਿਲ ਜਾਏਗੀ, ਜੋ ਮੰਗ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ ਨਾਨਕ ਦਾਸ ਮੁਖਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੇ। ਜੋ ਵੀ ਇੱਛਾ ਕਰੋਗੇ ਮਿਲ ਜਾਵੇਗਾ। ਪਿਤਾ ਪੁੱਤਰ ਕਰ ਜੋਰ ਉਚਾਰੇ। ਜਦੋਂ ਸੱਚੇ ਪਾਤਸ਼ਾਹ ਕਹਿੰਦੇ ਮੰਗੋ, ਤੇ ਦੋਵੇਂ ਪਿਓ ਪੁੱਤਰਾਂ ਦੇ ਹੱਥ ਜੁੜ ਗਏ, ਹੱਥ ਜੋੜ ਕੇ ਭਾਈ ਸਾਧੂ ਤੇ ਭਾਈ ਰੂਪਾ ਮੰਗਣ ਲੱਗੇ ਹਨ। ਆਨ ਆਪਣੇ ਦਾਸ ਉਧਾਰੇ। ਕਰੀਬ ਨਵਾਜ ਹੁਣ ਕੀ ਮੰਗੀਏ, ਸਾਰਾ ਕੁਝ ਤਾਂ ਮਿਲ ਗਿਆ ਹੈ, ਆਪ ਜੀ ਦੇ ਦਰਸ਼ਨ ਹੋ ਗਏ ਨੇ, ਆਪ ਜੀ ਮਹਾਰਾਜ ਆ ਕੇ ਸਾਨੂੰ ਦਰਸ਼ਨ ਦੇ ਤੇ ਸਾਡਾ ਉਧਾਰ ਕਰ ਦਿੱਤਾ। ਦਰਸ਼ਨਾਂ ਦੇ ਵਰਗੀ ਕੋਈ ਦਾਤ ਹੀ ਨਹੀਂ ਸੱਚੇ ਪਾਤਸ਼ਾਹ ਜੀ। ਦੇਹੋ ਨਿਜ ਸਿੱਖੀ ਕੋ ਅਵਦਾਨ। ਮਹਾਰਾਜ ਹੁਣ ਸਾਨੂੰ ਆਪਣੀ ਸਿੱਖੀ ਦਾ ਦਾਨ ਦਿਓ, ਸਭ ਤੋਂ ਉੱਤਮ ਗੁਰੂ ਕੀ ਸਿੱਖੀ ਹੈ, ਮਹਾਰਾਜ ਸਾਨੂੰ ਬਖਸ਼ ਲਓ,
ਸਿੱਖੀ ਦਾ ਦਾਨ ਬਖਸ਼ੋ, ਜਿਸ ਤੇ ਜਨਮ ਮਰਨ ਦੁੱਖ ਹਾਨ। ਮਹਾਰਾਜ ਐਸੀ ਸਿੱਖੀ ਬਖਸ਼ੋ, ਸਾਡਾ ਜਨਮ ਮਰਨ ਕੱਟਿਆ ਜਾਵੇ। ਸਭ ਤੋਂ ਵੱਡਾ ਦੁੱਖ ਹੈ ਜੰਮਣ ਮਰਨ ਦਾ, ਜੰਮਣ ਮਰਨ ਵੱਡਾ ਵੇ ਛੋੜਾ, ਬਿਨਸੈ ਜੱਗ ਸਵਾਏ। ਜੰਮ ਜੰਮ ਮਰੈ, ਮਰੈ ਫਿਰ ਜੰਮੈ, ਇਹ ਜੀਵਾਤਮਾ ਬਾਰ ਬਾਰ ਜੰਮਦੀ ਅਤੇ ਬਾਰ ਬਾਰ ਮਰਦੀ ਦੁਖੀ ਹੁੰਦੀ ਹੈ। ਬਸ ਸਿੱਖੀ ਦੇ ਦਿਓ, ਸਿੱਖੀ ਨਾਲ ਜਨਮ ਮਰਨ ਆਪੇ ਹੀ ਕੱਟਿਆ ਜਾਂਦਾ। ਹਾਂਜੀ, ਤੁਮਰੇ ਚਰਨਨ ਕੋ ਹੋਏ ਪ੍ਰੇਮ। ਬਸ ਗਰੀਬ ਨਵਾਜ, ਆਪਣੇ ਸੋਹਣੇ ਸੋਹਣੇ ਚਰਨਾਂ ਦਾ ਪਿਆਰ ਬਖਸ਼ ਦਿਓ, ਆਪਣੀ ਪ੍ਰੀਤੀ ਬਖਸ਼ ਦਿਓ। ਬਿਸਰਹ ਨਹਿ ਕਬ ਦਾਤਾ ਛੇਮ। ਇਹ ਮੁਕਤੀ ਦਾਤਾ ਜੀ, ਕਦੀ ਤੁਹਾਡੇ ਚਰਨਾਂ ਨਾਲੋਂ ਪ੍ਰੇਮ ਟੁੱਟੇ ਨਾ। ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸੰਗ ਜੋਰ ਅਵਰ ਸੰਗ ਤੋਰੀ। ਬਾਕੀ ਸੰਸਾਰ ਦਾ ਖਿਆਲ ਨਾ ਆਵੇ, ਅੱਠੇ ਪੈਰ ਗਰੀਬ ਨਵਾਜ, ਤੁਹਾਡੇ ਚਰਨਾਂ ਵਿੱਚ ਸਾਡੀ ਸੁਰਤ ਚੁਭੀ ਰਵੇ। ਜੋ ਤੁਮ ਟਹਿਲਦੇ ਹੋ ਹਮ ਤਾਈ, ਜਿਹੜੀ ਵੀ ਸੇਵਾ ਸਾਨੂੰ ਲਾਓਗੇ ਅਸੀਂ ਕਰਾਂਗੇ। ਕਰਹਿ ਦੇਗ ਨਿਤ ਬਨਹੋ ਸਹਾਈ। ਇਹ ਲੰਗਰ ਚਲਾਉਣ ਦਾ ਜੇ ਸਾਨੂੰ ਹੁਕਮ ਦੇ ਰਹੇ ਹੋ ਮਹਾਰਾਜ, ਤੁਸੀਂ ਸਹਾਇਤਾ ਕਰੋਗੇ ਤਾਂ ਲੰਗਰ ਚੱਲੇਗਾ। ਦੇਗ ਤੇਗ ਜਗ ਮੈਂ ਦੋਊ ਚਲਾ। ਇਹ ਦੇਗ ਔਰ ਤੇਗ ਚੱਲਣਾ ਦੋਵੇਂ ਵੱਡੀਆਂ ਖੇਡਾਂ ਨੇ, ਔਖੀ ਖੇਡ ਹੈ, ਪਰ ਗੁਰੂ ਦੀ ਕਿਰਪਾ ਨਾਲ ਚੱਲ ਸਕਦੀਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਛੇਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਬਾਬਾ ਸਾਧੂ ਅਤੇ ਉਹਨਾਂ ਦਾ ਪੁੱਤਰ ਭਾਈ ਰੂਪਾ ਬੇਨਤੀ ਕਰਦੇ, ਮਹਾਰਾਜ ਸਾਨੂੰ ਦੇਗ ਤੇਗ ਦੇ ਧਨੀ ਬਣਾਉਣਾ ਹੈ, ਤੇ ਆਪਣੀ ਮਿਹਰ ਦਾ ਹੱਥ ਸਾਡੇ ਸਿਰ ਤੇ ਰੱਖਿਆ ਜੇ। ਅਪਰਨਾ ਬਾਂਛਾ ਹਮਰੇ ਕੋਈ, ਸਾਡੇ ਮਨ ਵਿੱਚ ਹੋਰ ਕੋਈ ਇੱਛਾ ਨਹੀਂ ਗਰੀਬ ਨਵਾਜ, ਇੱਕੋ ਹੀ ਇੱਛਾ ਹੈ। ਕਰਹਿ ਅਚਾਵਨ ਦੇਹ ਤੁਮ ਜੋਈ। ਬਸ ਸਾਨੂੰ ਸੇਵਾ ਜਲਾਈ ਰੱਖੋ, ਅਸੀਂ ਲੰਗਰ ਵਰਤਾਉਂਦੇ ਹੀ ਰਹੀਏ, ਤੁਹਾਡੀ ਕਿਰਪਾ ਨਾਲ ਕੜਛਾ ਚੱਲਦਾ ਹੀ ਰਵੇ। ਪੁਰ ਮੈਂ ਗੁਰਸਿੱਖ ਅਹੈ ਨਾ ਮੂੜੇ। ਇਹ ਸੱਚੇ ਪਾਤਸ਼ਾਹ, ਸਾਡੇ ਪਿੰਡ ਦੇ ਵਿੱਚ ਗੁਰਸਿੱਖ ਨਹੀਂ ਹਨ। ਮੂਰਖ ਲੋਕ ਗੁਰੂ ਕੇ ਸਿੱਖਾਂ ਨੂੰ ਟਿੱਚਰਾਂ ਕਰਦੇ ਹੈ, ਈਰਖਾ ਕਰਦੇ ਨੇ। ਅਸੀਂ ਗਰੀਬ ਸਿੱਖ ਹਾਂ, ਸਾਨੂੰ ਜੀਣ ਨਹੀਂ ਦਿੰਦੇ। ਮਤ ਸਾਰੇ ਅਗਨ ਜਰਹੈ ਨਿਤ ਕੂੜੇ। ਮਹਾਰਾਜ ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਦੇ ਹਾਂ, ਕਥਾ ਕੀਰਤਨ ਕਰਦੇ ਹਾਂ, ਅਤੇ ਉਹ ਈਰਖਾ ਕਰਦੇ ਸੜਦੇ ਨੇ, ਵੇਖ ਵੇਖ ਜਰ ਨਹੀਂ ਸਕਦੇ। ਤਿੰਨ ਮਹੋ ਬਾਸ ਅਹੈ ਦੁਖਿਆਰਾ। ਮਹਾਰਾਜ ਉਹਨਾਂ ਦੇ ਵਿੱਚ ਰਹਿਣਾ ਬੜਾ ਔਖਾ ਹੈ। ਆਂਢ ਗੁਆਂਢ ਸਾਡਾ ਸਾਖਤਾਂ ਦਾ ਦੁਰਜਨਾਂ ਦਾ ਹੈ, ਗੁਰੂ ਕੇ ਸਿੱਖ ਨਹੀਂ ਹਨ, ਬਲਕਿ ਗੁਰੂ ਕੇ ਸਿੱਖਾਂ ਨੂੰ ਮਾੜਾ ਸਮਝਦੇ ਹਨ। ਇੱਕ ਅਲੰਬ ਤੁਮ ਅਹੋ ਹਮਾਰਾ। ਮਹਾਰਾਜ ਸਾਡਾ ਆਸਰਾ ਹੋਰ ਕੋਈ ਨਹੀਂ ਤੁਹਾਡੇ ਤੋਂ ਬਿਨਾਂ। ਜਿਮ ਰੱਖੋ ਤਿਮ ਰਹਿ ਗੁਸਾਈ। ਇਹ ਸਤਿਗੁਰੂ ਜਿਵੇਂ ਰੱਖੋਗੇ ਉਵੇਂ ਹੀ ਰਵਾਂਗੇ। ਬਿਨਾ ਸੇਵ ਅਪਰ ਨਾ ਚਤੁਰਾਈ। ਮਹਾਰਾਜ ਸਾਨੂੰ ਸੇਵਾ ਹੀ ਕਰਨੀ ਆਉਂਦੀ ਹੈ, ਅਸੀਂ ਕੋਈ ਪੜ੍ਹੇ ਲਿਖੇ ਨਹੀਂ, ਸਾਨੂੰ ਕੋਈ ਦੁਨਿਆਵੀ ਵਿੱਦਿਆ ਨਹੀਂ ਆਉਂਦੀ, ਲੱਕੜੀ ਦਾ ਕੰਮ ਕਰ ਸਕਦੇ। ਅਸੀਂ ਲੱਕੜੀ ਨਾਲ ਮੰਜੇ ਪਾਵੇ ਬਣਾ ਕੇ, ਘਰ ਮਕਾਨ ਬਣਾ ਕੇ, ਦਰਵਾਜ਼ੇ ਬਣਾ ਕੇ, ਖਿੜਕੀਆਂ ਬਣਾ ਕੇ, ਇਹ ਕੰਮ ਕਰਕੇ ਆਪਣਾ ਪੇਟ ਪਾਲਦੇ ਹਾਂ। ਸਾਨੂੰ ਕੋਈ ਵਿੱਦਿਆ ਨਹੀਂ ਆਉਂਦੀ, ਸਾਡੇ ਕੋਲ ਕੋਈ ਜ਼ਮੀਨ ਜਾਇਦਾਦ ਵੀ ਨਹੀਂ ਹੈ। ਸੁਣ ਸਤਿਗੁਰ ਤੇ ਧੀਰਜ ਕਹੈ। ਤੇ ਛੇਵੇਂ ਪਾਤਸ਼ਾਹ ਮਹਾਰਾਜ ਨੇ ਸਿਰ ਤੇ ਹੱਥ ਰੱਖਿਆ ਤੇ ਧੀਰਜ ਦੇ ਕੇ ਕਹਿਣ ਲੱਗੇ, ਨਰ ਦੁਖੀ ਤੁਮਰੇ ਨਹਿ ਰਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ।
ਮਹਾਰਾਜ ਕਹਿੰਦੇ ਦੂਤ ਦੁਸ਼ਮਣ ਸਭ ਤੁਝ ਤੇ ਨਿਵਰੇ, ਪ੍ਰਗਟ ਪ੍ਰਤਾਪ ਤੁਮਾਰਾ, ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ। ਮਹਾਰਾਜ ਕਹਿੰਦੇ ਤੁਹਾਡਾ ਦੁੱਖ ਹੀ ਕੋਈ ਰਹੇਗਾ ਹੀ ਨਹੀਂ, ਜੜਾਂ ਹੀ ਪੁੱਟੀਆਂ ਜਾਣਗੀਆਂ। ਉਜੜ ਜਾਏਗਾ ਗ੍ਰਾਮ ਮਹਾਨਾ, ਉਹ ਪਿੰਡ ਹੀ ਉਜੜ ਜਾਏਗਾ ਜਿਹੜਾ ਤੁਹਾਨੂੰ ਦੁੱਖ ਦਿੰਦਾ ਹੈ। ਰਚੋ ਗ੍ਰਾਮ ਆਪਣੋ ਸ਼ੁਭ ਥਾਨਾ, ਤੁਸੀਂ ਆਪਣਾ ਨਵਾਂ ਪਿੰਡ ਵਸਾਓ, ਸੋਹਣਾ ਪਿੰਡ ਤੁਹਾਡਾ ਵਸੇਗਾ। ਵਤ ਹੈ ਬੰਸ ਤੇਰੋ ਤਹਿਰ ਹੈ, ਭਾਈ ਰੂਪ ਚੰਦ ਤੇਰਾ ਪਰਿਵਾਰ ਬੜਾ ਵਧੇਗਾ, ਗੁਰੂ ਕੀ ਸਿੱਖੀ ਧਾਰਨ ਕਰਨਗੇ, ਉਸ ਪਿੰਡ ਵਿੱਚ ਵਸਣਗੇ। ਬਹੁਤ ਬੜਾਈ ਬਿਦਤ ਸੁਲਹ, ਇਸ ਮਾਲਵੇ ਦੇਸ਼ ਵਿੱਚ ਤੁਹਾਡੇ ਪਿੰਡ ਦਾ ਨਾਮ ਬੜਾ ਪ੍ਰਸਿੱਧ ਹੋਵੇਗਾ, ਬੜੀ ਵਡਿਆਈ ਹੋਵੇਗੀ, ਬੜੀ ਸੋਭਾ ਹੋਵੇਗੀ, ਬੜੀ ਜੈ ਜੈਕਾਰ ਹੋਵੇਗੀ। ਸੁਣ ਗੁਰ ਤੇ ਸਾਧੂ ਪੁਰ ਗਯੋ, ਭਾਈ ਸਾਧੂ ਸਤਿਗੁਰਾਂ ਦਾ ਵਰ ਲੈ ਕੇ ਬੜਾ ਪ੍ਰਸੰਨ ਹੋਇਆ ਤੇ ਪਿੰਡ ਗਿਆ ਹੈ। ਗੁਰ ਪ੍ਰੇਤੰਤ ਸਾਹਿਬ ਭਾਖਤ ਭਇਓ, ਆਪਣੀ ਧਰਮ ਪਤਨੀ ਨੂੰ ਸਾਰੀ ਗੱਲ ਦੱਸੀ ਹੈ। ਸੁਨਤ ਭਾਰ ਜਾ ਔਰ ਹਰ ਖਾਈ, ਭਾਗਾਂ ਵਾਲੀ ਉਹ ਬੀਬੀ ਜਿਹੜੀ ਗੁਰੂ ਮਹਾਰਾਜ ਦੀ ਸਿੱਖ ਭਾਈ ਆਕਲ ਦੀ ਬੇਟੀ, ਖੁਸ਼ ਬੜੀ ਹੋਈ ਹੈ। ਪਿਤ ਦਰਸ਼ਨ ਪਿਤ ਕੇ ਸੰਗ ਆਈ, ਔਰ ਮਹਾਰਾਜ ਦੇ ਦਰਸ਼ਨਾਂ ਲਈ ਕਈ ਵਾਰ ਬਚਪਨ ਚ ਸ੍ਰੀ ਅੰਮ੍ਰਿਤਸਰ ਜਾ ਕੇ ਦਰਸ਼ਨ ਕਰ ਚੁੱਕੀ ਪਿਤਾ ਦੇ ਨਾਲ। ਦੇਖਤ ਹੀ ਪਾਇਨ ਪਰ ਪਰੀ, ਆ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਅੱਜ ਇੱਥੇ ਜੰਡ ਸਾਹਿਬ ਗੁਰਦੁਆਰਾ ਸਾਹਿਬ ਸੰਗਤ ਜੀ, ਕਦੀ ਤੁਸੀਂ ਭਗਤੇ ਭਾਈ ਜਾਓ, ਉਹਦੇ ਲਾਗੇ ਹੀ ਇਹ ਪਿੰਡ ਪੈਂਦੇ ਨੇ ਸਾਰੇ। ਮਿਰਜੇ ਦਿਆਲਪੁਰੇ ਤੋਂ ਬਾਹਰ ਕੋਈ 1.5-2 ਕਿਲੋਮੀਟਰ 'ਤੇ ਗੁਰਦੁਆਰਾ ਜੰਡ ਸਾਹਿਬ ਹੈ, ਜਿੱਥੇ ਜੰਡ ਦੇ ਨਾਲ ਪਾਣੀ ਦਾ ਕੁੰਨਾ, ਪਾਣੀ ਦੀ ਛਾਂਗਲ ਟੰਗੀ ਸੀ, ਜਿੱਥੇ ਆ ਕੇ 6ਵੇਂ ਪਾਤਸ਼ਾਹ ਨੇ ਪਾਣੀ ਪੀਤਾ ਸੀ। ਸਤਿਗੁਰੂ ਅਜੇ ਜੰਡ ਥੱਲੇ ਬੈਠੇ ਨੇ। ਉੱਥੇ ਆ ਕੇ ਭਾਈ ਰੂਪ ਚੰਦ ਜੀ ਅਤੇ ਉਹਨਾਂ ਦੇ ਪਿਤਾ ਸਾਧੂ ਅਤੇ ਉਹਨਾਂ ਦੀ ਮਾਤਾ, ਸਾਰਾ ਪਰਿਵਾਰ ਮਿਲਿਆ ਹੈ। ਧੰਨ ਗੁਰੂ ਹਮਰੀ ਕੁਲ ਤਰੀ, ਕਹਿਣ ਲੱਗੇ ਧੰਨ ਸਤਿਗੁਰੂ ਜੀ, ਸਾਡੀਆਂ ਕੁਲਾਂ ਤਰ ਗਈਆਂ, ਤਾਰ ਦਿੱਤੀਆਂ ਹਨ। ਆਮ ਸਮ ਦੀਨਨ ਕੀ ਕੋ ਸੁਣੈ, ਕਹਿੰਦੇ ਸੱਚੇ ਪਾਤਸ਼ਾਹ ਮਹਾਰਾਜ ਬੜੀ ਕਿਰਪਾ ਕੀਤੀ, ਸਾਨੂੰ ਨਿਮਾਣਿਆਂ ਨੂੰ, ਨਿਤਾਣਿਆਂ ਨੂੰ, ਗਰੀਬਾਂ ਨੂੰ ਨਿਵਾਜਿਆ ਹੈ। ਸਾਡੀ ਦੀਨਾਂ ਦੀ, ਸਾਡੀ ਗਰੀਬਾਂ ਦੀ ਕੌਣ ਸੁਣਦਾ ਹੈ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਡੀ ਗਰੀਬਾਂ ਦੀ ਬੇਨਤੀ ਸੁਣ ਕੇ ਆਏ ਹੋ। ਆਸ ਕਾਰਜ ਰਾਵਰ ਕੋ ਬਣੈ, ਮਹਾਰਾਜ ਇਹ ਪਿੰਡ ਵਸਾਉਣ ਦਾ ਕੰਮ ਵੀ ਅਸੀਂ ਨਹੀਂ ਕਰ ਸਕਦੇ, ਤੁਸੀਂ ਹੁਕਮ ਲਾਉਂਦੇ ਹੋ ਪਿੰਡ ਵਸਾਓ। ਮਹਾਰਾਜ ਅਸੀਂ ਗਰੀਬ ਬੰਦੇ ਹਾਂ, ਅਸੀਂ ਕਿੱਥੇ ਪਿੰਡ ਵਸਾ ਸਕਦੇ ਹਾਂ? ਸਾਰੇ ਕੋਲੋਂ ਤਾਂ ਇੱਕ ਮਕਾਨ ਨਹੀਂ ਬਣਦਾ, ਸਾਡੇ ਕੋਲੋਂ ਤਾਂ ਇੱਕ ਰਸੋਈ ਪਾਣੀ ਹੋਵੇ ਉਹ ਨਹੀਂ ਬਣਦੀ, ਘਰ ਦੀ ਕੁੱਲੀ ਨਹੀਂ ਪਾ ਸਕਦੇ। ਪਿੰਡ ਵਸਾਣਾ ਤੇ ਮਹਾਰਾਜ ਤੁਹਾਡੇ ਵਰਗੇ ਬਾਦਸ਼ਾਹਾਂ ਦਾ ਕੰਮ ਹੈ। ਰੂਪ ਚੰਦ ਕੋ ਹੇਰਨ ਕੀਨ, ਉਸ ਮਾਈ ਦੀ ਬੀਬੀ ਦੀ ਬੇਨਤੀ ਸੁਣ ਕੇ ਉਹਦੇ ਪੁੱਤਰ ਭਾਈ ਰੂਪ ਚੰਦ ਵੱਲ ਵੇਖਿਆ। ਬਸਤਰ ਸ਼ਸਤਰ ਆਪਣੇ ਗੁਰ ਦੀਨ, ਸਤਿਗੁਰੂ ਜੀ ਨੇ ਆਪਣੇ ਬਸਤਰ ਤੇ ਆਪਣੇ ਸ਼ਸਤਰ ਦੇ ਦਿੱਤੇ। ਗੁਰੂ ਡਰੋਲੀ ਤੇ ਜਬ ਧਾਏ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਮਹਾਰਾਜ ਡਰੋਲੀਓ ਤੁਰੇ ਸੀ ਨਾ ਘੋੜੇ ਤੇ ਸਵਾਰ ਹੋ ਕੇ, ਬਿਧੀ ਚੰਦ ਸੁਨ ਜ਼ੀਨ ਪਵਾਏ, ਭਾਈ ਬਿਧੀ ਚੰਦ ਜੀ ਨੂੰ ਪਤਾ ਲੱਗਾ ਵੀ ਗੁਰੂ ਜੀ ਚਲੇ ਗਏ, ਫਟਾਫਟ ਭਾਈ ਸਾਹਿਬ ਉਸ 5 ਮਿੰਟ ਬਾਅਦ ਹੀ ਘੋੜੇ ਦੇ ਪਿੱਛੇ ਦਵਾ ਤਿਆ ਤੁਰ ਪਏ। ਭਾਈ ਬਿਧੀ ਚੰਦ ਜੀ ਨੂੰ ਪਤਾ ਲੱਗਾ ਵੀ ਮਹਾਰਾਜ ਇਕੱਲੇ ਹੀ ਘੋੜੇ ਤੇ ਚੜ੍ਹ ਕੇ ਫਟਾਫਟ ਚਾਲਾ ਪਾ ਗਏ ਨੇ,
ਕੋਈ ਸੇਵਾਦਾਰ ਨਹੀਂ ਕਿ ਲੈ ਕੇ ਗਏ ਨਾਲ, ਪਤਾ ਨਹੀਂ ਸੁੱਖ ਹੋਵੇ ਕਿੱਧਰ ਨੂੰ ਗਏ ਨੇ। ਭਾਈ ਸਾਹਿਬ ਮਹਾਰਾਜ ਦੇ ਘੋੜੇ ਦੀ ਪੈੜ ਦੱਬਦੇ ਦੱਬਦੇ ਘੋੜਾ ਲੈ ਕੇ ਪਿੱਛੇ ਹੀ ਤੁਰ ਪਏ। ਪ੍ਰਬਲ ਤੁਰੰਗਮ ਤਬਹੂ ਪ੍ਰੇਰਾ, ਬੜਾ ਬਲੀ ਘੋੜਾ ਸੀ ਭਾਈ ਬਿਧੀ ਚੰਦ ਜੀ, ਉਸੇ ਤਰ੍ਹਾਂ ਹੀ ਪਿੱਛੇ ਸਤਿਗੁਰਾਂ ਦੇ ਵਾਹੁਦਾ ਹੀ ਦੌੜੇ ਆਏ ਨੇ। ਕਿਤ ਧਵਾਏ ਕਿਤ ਪਈਆ ਛੋਰਾ, ਕਿਤੇ ਘੋੜਾ ਦੁੜਾ ਦਿੰਦੇ, ਕਿਤੇ ਪੋਈਏ ਪਾ ਦਿੰਦੇ, ਕਿਤੇ ਰੇਬੀਆ, ਕਿਤੇ ਛੋਟੀ ਰਵਾਲ, ਤੇ ਵਾਹੁਦਾ ਹੀ ਭਾਈ ਸਾਹਿਬ ਸਫ਼ਰ ਨੂੰ ਕੱਟਦੇ ਆਏ। ਪੁਨ ਪੈਨ ਦੇਖਾਂ ਆਦਿਕ ਸੁਨੇ, ਭਾਈ ਬਿਧੀ ਚੰਦ ਚਲੇ ਗਏ ਨੇ ਗੁਰੂ ਸਾਹਿਬ ਦੇ ਪਿੱਛੇ। ਪੈਂਦੇ ਖਾਂ ਨੂੰ ਪਤਾ ਲੱਗਾ, ਉਹਨੇ ਆਪਣੇ ਘੋੜੇ 'ਤੇ ਕਾਠੀ ਪਾਈ ਵੀ ਸਤਿਗੁਰੂ ਗਏ ਨੇ, ਫਿਰ ਭਾਈ ਬਿਧੀ ਚੰਦ ਜੀ ਗਏ ਨੇ, ਪਤਾ ਨਹੀਂ ਕਿੱਥੇ ਗਏ ਨੇ। ਪੈਂਦੇ ਖਾਂ ਅਤੇ ਹੋਰ ਸਿੱਖਾਂ ਨੇ ਵੀ ਘੋੜਿਆਂ 'ਤੇ ਕਾਠੀਆਂ ਪਾਈਆਂ ਅਤੇ ਪਿੱਛੇ ਪਿੱਛੇ ਚੱਲ ਪਏ। ਚੜੇ ਤੁਰਤ ਸ਼ਸਤਰਨ ਸੋ ਸਨੇ, ਕਹਿੰਦੇ ਸ਼ਸਤਰਾਂ ਬਸਤਰਾਂ ਨਾਲ ਸਜੇ ਹੋਏ ਸਾਰੇ ਸੂਰਮੇ ਉਸ ਜਗ੍ਹਾ ਤੇ ਆ ਗਏ ਨੇ ਜਿੱਥੇ ਜੰਡ ਸਾਹਿਬ ਅੱਜ ਗੁਰਦੁਆਰਾ ਸਾਹਿਬ ਹੈ। ਸੋ ਜੀ ਨਹੀਂ ਗੁਰੂ ਕਿਤ ਗਏ, ਕਹਿੰਦੇ ਹੈਰਾਨ ਇਸ ਗੱਲ ਦੇ ਸਨ ਵੀ ਗੁਰੂ ਕਿੱਧਰ ਗਏ ਨੇ, ਪਤਾ ਨਹੀਂ ਸੀ ਗੁਰੂ ਸਾਹਿਬ ਦੱਸ ਕੇ ਥੋੜਾ ਗਏ ਸੀ ਵੀ ਕਿੱਥੇ ਚੱਲੇ। ਉਹ ਵਿਚਾਰੇ ਪਿੱਛੇ ਦੌੜੇ ਆਏ, ਪੁੱਛਦੇ ਪਛਾਣਦੇ ਵੀ ਤੁਸੀਂ ਗੁਰੂ ਸਾਹਿਬ ਦੇਖਿਆ, ਕਿਸੇ ਨੇ ਦੱਸਤਾ ਵੀ ਇੱਧਰ ਗਏ ਨੇ, ਉਹ ਪਿੱਛੇ ਪਿੱਛੇ ਹੀ ਤੁਰੇ ਆਏ। ਸੁਣ ਸੁਣ ਸਪਾਟ ਅਰੂੜਤ ਭਏ, ਪਿੱਛੇ ਫੌਜਾਂ ਜਿਹੜੀਆਂ ਗੁਰੂ ਦੀਆਂ ਜਿਉਂ ਜਿਉਂ ਘੋੜਿਆਂ ਦੇ ਕਾਠੀਆਂ ਪਾਉਂਦੀ ਗਈਆਂ ਤਿਉਂ ਤਿਉਂ ਪਿੱਛੇ ਤੁਰਦੀਆਂ ਗਈਆਂ। ਹਾਂਜੀ, ਨਾ ਕੋ ਕਿਸ ਹੂੰ ਸੰਗ ਮਿਲਾਵਾ, ਕੋਈ ਕਿਸੇ ਦੇ ਨਾਲ ਮਿਲਦਾ ਨਹੀਂ, ਵਾਹੁਦਾ ਹੀ ਇਕੱਲੇ ਇਕੱਲੇ, ਜਿਵੇਂ ਬਾਣੀ ਚਾਹੁੰਦਾ ਨਾ ਕਿਸੇ ਨਾਲ ਨਾ ਰਲਿਆ ਕਾਈ, ਕੋਈ ਸ਼ੌਂਕ ਪਇਓ ਨੇ। ਇਹ ਗੁਰੂ ਦਾ ਪਿਆਰ ਹੁੰਦਾ, ਜਦੋਂ ਗੁਰੂ ਦਾ ਸ਼ੌਂਕ ਪੈਂਦਾ ਫਿਰ ਨਹੀਂ ਉਡੀਕੀ ਦਾ ਹੁੰਦਾ। ਇੱਦਾਂ ਗੁਰੂ ਦੇ ਪਿਆਰੇ ਪਹਿਲਾਂ ਭਾਈ ਬਿਧੀ ਚੰਦ ਜੀ, ਦੂਜੇ ਨੰਬਰ 'ਤੇ ਭਾਈ ਪੈਂਦੇ ਖਾਂ ਜੀ, ਅਤੇ ਤੀਜੇ 'ਤੇ ਫਿਰ ਜੇਠਾ ਅਤੇ ਸਾਰੀਆਂ ਫੌਜਾਂ ਵਾਹੁਦਾਈ ਪਿੱਛੇ ਪਿੱਛੇ ਆਈਆਂ ਨੇ। ਖੋਜ ਦੇਖ ਕਰ ਹੈ ਨ ਧਵਾਵੈ, ਅਤੇ ਘੋੜਿਆਂ ਮਹਾਰਾਜ ਦੇ ਪੈਰਾਂ ਦੀ ਪੈੜ ਵੇਖ ਕੇ ਘੋੜੇ ਦੌੜਾਈ ਜਾਂਦੀ ਵੀ ਇੱਧਰ ਘੋੜੇ ਗਏ ਨੇ, ਕਿਤੇ ਪਿੱਛੇ ਦੂਜਾ, ਦੂਜੇ ਦੇ ਪਿੱਛੇ ਤੀਜਾ, ਤੁਰੇ ਆਉਂਦੇ ਨੇ। ਅੱਗੇ ਪਾਛੇ ਲੇਹਾ ਦੇਹੋ, ਲੇਹੋ ਦੇਹੀ ਭੱਜੋ ਭੱਜੀ, ਚ ਇਸ ਤਰ੍ਹਾਂ ਸਾਰੀਆਂ ਫੌਜਾਂ ਆਵਤ ਚਮੂ ਘੜੀ ਗੁਰ ਨੇਹੋ, ਗੁਰੂ ਦੇ ਪਿਆਰ 'ਚ ਸਾਰੀ ਫੌਜ ਹੀ ਆ ਗਈ। ਸਾਰੇ ਸਿੱਖ ਜਿਹੜੇ ਲਗਭਗ ਉੱਥੇ 1800-1900 ਘੋੜ ਸਵਾਰ ਸਨ ਸਾਧ ਸੰਗਤ ਜੀ, ਸਾਰੇ ਹੀ ਡੋਲੀ ਤੋਂ ਘੋੜਿਆਂ 'ਤੇ ਚੜ੍ਹ ਕੇ ਉਹ ਇੱਥੇ ਪਹੁੰਚ ਗਏ ਨੇ। ਕੁਛ ਰਹੇ ਦਿਨ ਵਿਧੀਆ ਆਇਓ, ਸ਼ਾਮ ਹੋ ਗਈ, ਸ਼ਾਮ ਦਾ ਕੋਈ 5-6 ਵਜੇ ਦਾ ਟਾਈਮ ਹੋ ਗਿਆ, ਦਿਨ ਥੋੜ੍ਹਾ ਜਿਹਾ ਰਹਿ ਗਿਆ, ਅਤੇ ਭਾਈ ਬਿਧੀ ਚੰਦ ਜੀ ਆ ਪਹੁੰਚੇ। ਦਰਸ ਦੇਖ ਕਰ ਸੀਸ ਨਿਵਾਇਓ, ਪਾਤਸ਼ਾਹ ਦੇ ਦਰਸ਼ਨ ਕੀਤੇ ਅਤੇ ਚਰਨਾਂ 'ਚ ਮੱਥਾ ਟੇਕਿਆ। ਨਿਜ ਸਿੱਖ ਸੰਗ ਬਾਕ ਬਖਾਨਤ, ਅੱਗੇ ਮਹਾਰਾਜ ਭਾਈ ਰੂਪੇ ਦੇ ਭਾਈ ਸਾਧੂ ਪਿਓ ਪੁੱਤਰਾਂ ਨਾਲ ਗੱਲਾਂ ਕਰ ਰਹੇ ਨੇ, ਬਚਨ ਕਰ ਰਹੇ ਨੇ। ਇਨ ਹਿਤ ਧਾਏ ਹਿਰਦੈ ਪਛਾਣਤ, ਤੇ ਭਾਈ ਬਿਧੀ ਚੰਦ ਨੇ ਪਛਾਣ ਲਿਆ ਵੀ ਇਹਨਾਂ ਦੇ ਪਿਆਰ ਦੇ ਭਿੱਜੇ ਆਏ ਨੇ ਸਤਿਗੁਰੂ। ਇੰਨਾ ਲੰਮਾ ਪਿੰਡਾ ਸਫ਼ਰ ਕਰਕੇ ਆਏ ਨੇ, ਧੰਨ ਨੇ ਗੁਰੂ ਸਾਧ ਸੰਗਤ ਜੀ। ਗੁਰੂ ਦੇ ਸਿੱਖ 'ਚ ਪ੍ਰੇਮ ਹੋਵੇ ਗੁਰੂ ਅੱਜ ਵੀ ਆਉਂਦਾ, ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਤੋ ਮਹਾਰਾਜ ਸਾਹਿਬ ਜੀ ਆਪਣੇ ਪਿਆਰਿਆਂ ਦੇ ਪਿਆਰ ਦੇ ਭਿੱਜੇ ਆਏ ਨੇ, ਭਾਈ ਸਾਹਿਬ ਭਾਈ ਬਿਧੀ ਚੰਦ ਜੀ ਜਾਣ ਗਏ। ਮਹਾਰਾਜ ਏਕਲ ਹੀ ਆਏ, ਹੱਥ ਜੋੜ ਕੇ ਭਾਈ ਬਿਧੀ ਚੰਦ ਕਹਿੰਦੇ ਮਹਾਰਾਜ ਇਕੱਲੇ ਹੀ ਆ ਗਏ, ਦਾਸ ਕਿਸੇ ਸੇਵਾਦਾਰ ਨੂੰ ਨਾਲ ਨਹੀਂ ਲਿਆ ਜੇ। ਤੁਰਤ ਚੜਿਓ ਮਹਿ ਨੈ ਦਰਸਾਏ, ਇਹ ਸੱਚੇ ਪਾਤਸ਼ਾਹ ਇੰਨੀ ਛੇਤੀ ਤੁਰਤ ਹੀ ਘੋੜਿਆਂ 'ਤੇ ਕਾਠੀ ਪਾਈ ਅਤੇ ਆਪ ਜੀ ਨੇ ਕਿਸੇ ਨੂੰ ਦੱਸਿਆ ਵੀ ਨਹੀਂ ਵੀ ਕਿੱਥੇ ਚੱਲੇ ਹਾਂ।
ਹਾਂਜੀ ਸਤਿਗੁਰ ਕਹਿਓ ਨਾ ਮੈਂ ਇਮ ਆਵਤ ਆਖੋ ਸ੍ਰੀ ਵਾਹਿਗੁਰੂ ਕਹਿਣ ਲੱਗੇ ਬਿਧੀ ਚੰਦ ਮੈਂ ਇਸ ਤਰ੍ਹਾਂ ਜੇ ਨਾ ਆਉਂਦਾ ਸਿੱਖਣ ਪ੍ਰਾਨ ਅੰਤ ਹੋਏ ਜਾਵਤ ਅੱਜ ਸਾਡੇ ਦੋਵੇਂ ਸਿੱਖ ਚੜ੍ਹਾਈ ਕਰ ਜਾਂਦੇ ਅੱਜ ਭਾਈ ਰੂਪਾ ਦੇ ਭਾਈ ਸਾਧੂ ਦੇ ਪ੍ਰਾਣਾਂ ਦਾ ਅੰਤ ਹੋ ਜਾਣਾ ਸੀ ਕਿਉਂਕਿ ਇਹਨਾਂ ਨੇ ਪਰਣ ਬੜਾ ਸਖਤ ਕਰ ਲਿਆ ਸੀ ਜੇ ਗੁਰੂ ਸਾਹਿਬ ਪਾਣੀ ਪੀਣਗੇ ਤਾਂ ਪਾਣੀ ਪੀਵਾਂਗੇ ਨਹੀਂ ਅਸੀਂ ਪਾਣੀ ਨਹੀਂ ਪੀਣਾ ਇਹ ਪਿਆਸੇ ਮਰ ਜਾਂਦੇ ਜੇ ਅਸੀਂ ਇਸ ਤਰ੍ਹਾਂ ਨਾ ਆਉਂਦੇ ਇਨਹੋਂ ਉਬਾਰਨ ਕੇ ਹਿਤ ਧਾਏ ਅਸੀਂ ਆਪਣੇ ਪਿਆਰਿਆਂ ਨੂੰ ਬਚਾਉਣ ਵਾਸਤੇ ਦੌੜੇ ਹਾਂ ਘੋੜੇ ਤੇ ਚੜ ਕੇ ਜੇਠ ਦੁਪਹਿਰੀ ਮੈਂ ਉਤਲਾਏ ਜੇਠ ਦੀ ਦੁਪਹਿਰੀ ਇੰਨੀ ਕੜਕ ਦੀ ਧੁੱਪ ਦੇ ਵਿੱਚ ਅਸੀਂ ਆਏ ਹਾਂ ਭਾਈ ਰੂਪ ਚੰਦ ਤੇ ਭਾਈ ਸਾਧੂ ਦਾ ਪ੍ਰੇਮ ਦੇਖ ਕੇ ਦਇਆ ਸਿੰਧ ਤਹ ਤੇ ਚੜ ਚਾਲੇ ਆਹ ਭਾਈ ਸਾਹਿਬ ਬਿਧੀ ਚੰਦ ਕਹਿੰਦੇ ਹੇ ਦਇਆ ਦੇ ਸਮੁੰਦਰ ਜਦੋਂ ਆਪ ਜੀ ਚੱਲੇ ਸੀ ਸਾਧੂ ਸੁਤ ਬਨਤਾ ਜੁਤ ਨਾਲੇ ਸੱਚੇ ਪਾਤਸ਼ਾਹ ਬੜੀ ਕਿਰਪਾ ਕੀ ਆਪਣੇ ਸੇਵਕਾਂ ਦੇ ਦਰਸ਼ਨ ਸੇਵਕਾਂ ਨੂੰ ਦਰਸ਼ਨ ਦੇਣ ਵਾਸਤੇ ਆਪਣੇ ਸਰੀਰ ਦੇ ਸਾਰੇ ਸੁੱਖ ਤਿਆਗ ਦਿੱਤੇ ਜਦੋਂ ਸਾਰੀ ਫੌਜ ਆ ਗਈ ਅਤੇ ਮਹਾਰਾਜ ਕਹਿੰਦੇ ਹੁਣ ਇੱਥੋਂ ਚੱਲੀਏ ਭਾਈ ਬਿਧੀ ਚੰਦ ਜੀ ਭਾਈ ਪੈਂਦੇ ਖਾਂ ਜੇਠਾ ਅਤੇ ਹੋਰ ਸੂਰਮੇ ਘੋੜ ਸਵਾਰਾਂ ਨੂੰ ਨਾਲ ਲਿਆ ਭਾਈ ਰੂਪੇ ਦੀ ਮਾਂ ਸਾਧੂ ਦੀ ਪਤਨੀ ਨੂੰ ਵੀ ਨਾਲ ਲਿਆ ਉਹਨਾਂ ਦੋਵਾਂ ਪਿਓ ਪੁੱਤਰਾਂ ਨੂੰ ਸਾਰੇ ਪਰਿਵਾਰ ਨੂੰ ਲੈ ਕੇ ਚੱਲ ਪਏ ਨੇ ਗੁਰ ਕੇ ਸ਼ਸਤਰ ਬਸਤਰ ਜੋ ਲੀਏ ਗੁਰੂ ਸਾਹਿਬ ਨੇ ਆਪਣੇ ਬਸਤਰ ਤੇ ਸ਼ਸਤਰ ਦੇ ਦਿੱਤੇ ਸੀ ਭਾਈ ਰੂਪ ਚੰਦ ਨੂੰ ਰੂਪ ਚੰਦ ਨੇ ਉਹ ਬਸਤਰ ਸ਼ਸਤਰ ਲੈ ਕੇ ਸੋ ਸੁਧਾਰ ਸਿਰ ਧਾਰਨ ਕੀਏ ਬੜੇ ਸਤਿਕਾਰ ਨਾਲ ਆਪਣੇ ਸੀਸ ਤੇ ਰੱਖ ਲਈਆਂ ਸਤਿਗੁਰਾਂ ਦੀਆਂ ਤੇਗਾਂ ਢਾਲਾਂ ਕੜਛਾ ਤੇ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਚਲਤ ਸੰਗ ਮੈਂ ਪ੍ਰਭੂ ਨਿਹਾਰੇ ਅੱਗੇ ਅੱਗੇ ਰੂਪ ਚੰਦ ਸਤਿਗੁਰਾਂ ਦੀਆਂ ਨਿਸ਼ਾਨੀਆਂ ਸਿਰ ਤੇ ਰੱਖ ਕੇ ਤੁਰਿਆ ਜਾਂਦਾ ਚੋਲਾ ਵੀ ਸਤਿਗੁਰਾਂ ਦਾ ਤੇ ਮਹਾਰਾਜ ਛੇਵੇਂ ਪਾਤਸ਼ਾਹ ਨੇ ਵੇਖਿਆ ਕਿਰਪਾ ਸਹਿਤ ਬਿਕ ਸੰਤ ਉਚਾਰੇ ਤੇ ਕਿਰਪਾ ਦੇ ਘਰ ਚ ਆ ਕੇ ਛੇਵੇਂ ਪਾਤਸ਼ਾਹ ਹੱਸ ਕੇ ਬੋਲੇ ਨੇ ਰੂਪ ਚੰਦ ਤੈ ਬਸਤਰ ਨਾ ਪਾਏ ਮਹਾਰਾਜ ਕਹਿੰਦੇ ਪੁੱਤਰ ਰੂਪ ਚੰਦ ਇਹ ਚੋਲਾ ਤੂੰ ਪਾਉਂਦਾ ਕਿਉਂ ਨਹੀਂ ਇਹ ਤੂੰ ਕਿਉਂ ਨਹੀਂ ਪਾ ਰਿਹਾ ਆਪਣੇ ਸਰੀਰ ਤੇ ਪਾ ਲੈ ਦੀਏ ਸ਼ਸਤਰ ਜੋ ਅੰਗ ਨਾ ਲਾਏ ਜਿਹੜੇ ਤੈਨੂੰ ਸ਼ਸਤਰ ਦਿੱਤੇ ਨੇ ਉਹ ਆਪਣੇ ਗਾਤਰੇ ਚ ਪਾਣੇ ਚਾਹੀਦੇ ਸੀ ਕਿਉਂ ਨਹੀਂ ਪਾਏ ਸਿਰ ਪਰ ਧਰ ਉਠਾਏ ਕਰ ਚੱਲ ਤੂੰ ਸਾਡੇ ਬਸਤਰ ਤੇ ਸਾਡੇ ਸ਼ਸਤਰ ਸਿਰ ਤੇ ਲੈ ਕੇ ਤੁਰਿਆ ਜਾਂਦਾ ਹੈ ਕਿਉਂ ਨਾ ਪਹਿਰ ਪਾ ਪੀਰ ਬਿਸਾਲਾ ਇਹ ਤੂੰ ਕਿਉਂ ਨਹੀਂ ਪਾਉਂਦਾ ਆਪਣੇ ਗਲ ਰੂਪ ਚੰਦ ਕਰ ਜੋਰ ਉਚਾਰਾ ਤੇ ਭਾਈ ਰੂਪ ਚੰਦ ਨੇ ਹੱਥ ਜੋੜ ਕੇ ਆਖਿਆ ਮੈਂ ਦਾਸਨ ਕੋ ਦਾਸ ਵਿਚਾਰਾ ਮਹਾਰਾਜ ਮੈਂ ਤੁਹਾਡੇ ਦਾਸਾਂ ਦਾ ਦਾਸ ਸੇਵਾਦਾਰਾਂ ਦਾ ਵੀ ਸੇਵਾਦਾਰ ਹਾਂ ਤੁਛ ਜੀਵ ਮਤ ਮੰਦ ਮਲੀਨਾ ਮੈਂ ਤੁਛ ਜੀਵ ਹਾਂ ਮੇਰੀ ਮਤ ਥੋੜੀ ਹੈ ਮਲੀਨ ਬੁੱਧੀ ਹੈ ਭਗਤ ਗਿਆਨ ਗੁਣ ਗਨ ਤੇ ਹੀਨਾ ਭਗਤੀ ਤੇ ਗੁਣਾਂ ਦੇ ਗਿਆਨ ਤੇ
ਵਿਚਾਰ ਤੋਂ ਹੀਣਾ ਆ, ਮੇਰੀ ਇੰਨੀ ਮਤ ਨਹੀਂ ਹੈ, ਮੇਰੀ ਇੰਨੀ ਬੁੱਧੀ ਨਹੀਂ ਹੈ। ਸੱਚੇ ਪਾਤਸ਼ਾਹ ਜੀ, ਸਭ ਜਗ ਕਰਤਾ ਹਰਤਾ ਸਵਾਮੀ, ਤੁਸੀਂ ਸਾਰੇ ਜਗਤ ਦੇ ਕਰਤਾ ਹਰਤਾ ਮਾਲਕ ਹੋ, ਚਾਹੋ ਸੋ ਕਰ ਹੋ ਅੰਤਰ ਜਾਮੀ, ਜੋ ਚਾਹੋ ਸੋ ਕਰ ਸਕਦੇ ਹੋ ਅੰਤਰ ਜਾਮੀ। ਸਤਿਗੁਰੂ ਜੀ, ਸ਼ਸਤਰ ਬਸਤਰ ਜੋ ਤੁਮ ਤਨ ਕੇਰੇ, ਜੋ ਆਪ ਜੀ ਦੇ ਸਰੀਰ ਦੇ ਅੰਗੀਕਾਰ ਹੋਏ ਸ਼ਸਤਰ ਔਰ ਆਪ ਜੀ ਦੇ ਸਰੀਰ ਦੇ ਬਸਤਰ ਹਨ, ਸੁਖਦ ਸੋ ਪੂਜਮਾਨ ਹੈ ਮੇਰੇ, ਉਹ ਮੇਰੇ ਲਈ ਪੂਜਨੀਕ ਹਨ, ਪੂਜਾ ਕਰਨ ਦੇ ਲਈ ਹਨ। ਮੈਂ ਤੁਹਾਡੇ ਬਸਤਰ ਤੇ ਸ਼ਸਤਰ ਆਪਣੇ ਸਰੀਰ ਤੇ ਨਹੀਂ ਪਾ ਸਕਦਾ। ਇਤੀ ਬੇਅਦਬੀ ਕਿਉਂ ਬਣ ਆਵੇ, ਏਡੀ ਵੱਡੀ ਬੇਅਦਬੀ ਮਹਾਰਾਜ ਮੈਂ ਕਿਵੇਂ ਕਰ ਸਕਦਾ ਹਾਂ। ਤੁਮ ਸਮ ਜਾਣ ਪੂਜਬੋ ਪਾਵੇ, ਤੁਹਾਡੇ ਤਰ੍ਹਾਂ ਮਹਾਰਾਜ ਜਾਣ ਕੇ ਆਪ ਜੀ ਦਾ ਇਸ ਰੂਪ ਸਮਝ ਕੇ ਆਪ ਦੇ ਸ਼ਸਤਰਾਂ ਦੀ ਪੂਜਾ ਕਰਾਂਗਾ। ਸ਼੍ਰੀ ਹਰਿ ਗੋਬਿੰਦ ਭਗਤ ਪਛਾਣੇ, ਮਹਾਰਾਜ ਨੇ ਪਛਾਣ ਲਿਆ ਵੀ ਰੂਪ ਚੰਦ ਸਾਡਾ ਭਗਤ ਹੈ। ਭਗਤੀ ਦੀਆਂ ਨਿਸ਼ਾਨੀਆਂ ਗੁਰੂ ਦੀ ਹਰ ਚੀਜ਼ ਦਾ ਸਤਿਕਾਰ ਕਰਨਾ, ਗੁਰੂ ਦੇ ਸ਼ਸਤਰਾਂ ਦਾ, ਗੁਰੂ ਦੇ ਵਸਤਰਾਂ ਦਾ, ਗੁਰੂ ਦੇ ਗੁਰਦੁਆਰਿਆਂ ਦਾ, ਗੁਰੂ ਦੀਆਂ ਨਿਸ਼ਾਨੀਆਂ ਸਰੋਵਰਾਂ ਦਾ, ਬੌਲੀਆਂ ਦਾ, ਨਿਸ਼ਾਨ ਸਾਹਿਬਾਂ ਦਾ ਸਤਿਕਾਰ ਕਰਨਾ, ਇਹ ਭਗਤੀ ਦੀ ਨਿਸ਼ਾਨੀ ਹੈ। ਜਦੋਂ ਭਗਤੀ ਉੱਡ ਜਾਂਦੀ ਹੈ ਫਿਰ ਨਾਸਤਿਕਤਾ ਪੈਦਾ ਹੁੰਦੀ ਹੈ। ਭਾਈ ਸਾਧੂ ਭਾਈ ਰੂਪ ਚੰਦ ਸਾਡੇ ਭਗਤ ਹਨ। ਪ੍ਰਸੰਨ ਹੋਏ ਬਾਕ ਬਖਾਨੇ, ਪ੍ਰਸੰਨ ਹੋ ਕੇ ਛੇਵੇਂ ਪਾਤਸ਼ਾਹ ਬੋਲੇ, ਧਰੋ ਨਾ ਤੇਗ ਜੋ ਦਈ ਹਮਾਰੀ, ਕਹਿੰਦੇ ਰੂਪ ਚੰਦ ਪੁੱਤਰ ਸਾਡੇ ਗਾਤਰੇ ਦੀ ਤੇਗ ਤੂੰ ਆਪਣੇ ਗਾਤਰੇ ਨਹੀਂ ਪਾਈ, ਤੋ ਹੋਏ ਰਸਨਾ ਤੇਗ ਤੁਮਾਰੀ, ਜੇ ਤੂੰ ਤੇਗ ਨਹੀਂ ਨਾ ਧਾਰਨ ਕੀਤੀ ਤੇਰੀ ਰਸਨਾ ਤੇਗ ਬਣ ਜਾਏਗੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤੇਰੀ ਜੀਭ ਦਾ ਨਿਕਲਿਆ ਬੋਲ ਕੋਈ ਕੱਟ ਨਹੀਂ ਸਕੇਗਾ, ਉਹ ਦੁਨੀਆ ਕੱਟ ਸਕਦਾ। ਆਖੋ ਸ੍ਰੀ ਵਾਹਿਗੁਰੂ। ਤੇਰੀ ਰਸਨਾ ਜੇ ਪਾਵਰ ਹੈ ਜੋ ਤੂੰ ਬੋਲੇਗਾ, ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾਂ ਉਹਾਂ ਸੱਚ ਹੋਵੇ। ਜਿਸ ਕੇ ਸਰਾਪ ਹੋ ਬਿਲਮ ਨਾ ਹੋਏ, ਜਿਹਨੂੰ ਵਰ ਦੇ ਦੇਗਾ ਤੇਰਾ ਵਰ ਪੂਰਾ ਹੋਵੇਗਾ, ਜਿਹਨੂੰ ਸਰਾਪ ਦੇ ਦੇਗਾ ਤੇਰਾ ਸਰਾਪ ਪੂਰਾ ਹੋਵੇਗਾ, ਦੇਰ ਨਹੀਂ ਲੱਗੇਗੀ। ਪ੍ਰਾਨ ਅੰਤ ਤਤ ਛਿਨ ਹੀ ਸੋਏ, ਤੇਰੀ ਨਿਕਲੀ ਹੋਈ ਜ਼ਬਾਨ ਦੀ ਇੱਕ ਗੱਲ ਮੁਰਦਿਆਂ 'ਚ ਜਾਨ ਪਾ ਸਕੇਗੀ, ਜਿਉਂਦਿਆਂ ਨੂੰ ਮਾਰ ਸਕੇਗੀ। ਤਹਿ ਤੇ ਚਤਰ ਕੋਸ ਚੱਲ ਆਏ, ਇਹ ਜੰਡ ਸਾਹਿਬ ਜਿੱਥੇ ਗੁਰਦੁਆਰਾ ਸੀ ਅੱਜ ਜਿੱਥੇ ਹੈ, ਇੱਥੋਂ ਚੱਲੇ ਨੇ ਚਾਰ ਕੋ ਅੱਗੇ ਤੁਰ ਪਏ ਨੇ। ਸੁੰਦਰ ਧਰਨੀ ਤਹਿ ਦਰਸਾਏ, ਬੜੀ ਸਾਫ ਸੁਥਰੀ ਜਗ੍ਹਾ ਵੇਖੀ ਹੈ। ਡੇਰਾ ਕਰਤ ਭਏ ਗੁਣ ਖਾਨੀ, ਉੱਥੇ ਖੁੱਲੀ ਥਾਂ ਤੇ ਛੇਵੇਂ ਪਾਤਸ਼ਾਹ ਡੇਰਾ ਕਰ ਲਿਆ। ਰਜੋ ਗ੍ਰਾਮ ਇਹ ਠਾਂ ਕਹਿ ਬਾਨੀ, ਕਹਿਣ ਲੱਗੇ ਰੂਪ ਚੰਦ ਪੁੱਤਰ ਇੱਥੇ ਆਪਣਾ ਪਿੰਡ ਵਸਾ ਲਓ, ਇੱਥੇ ਤੁਸੀਂ ਆਪਣਾ ਨਗਰ ਵਸਾਓ, ਇਹ ਜਗ੍ਹਾ ਬੜੀ ਸੋਹਣੀ ਸੁੰਦਰ ਹੈ। ਜਬ ਸੰਧਿਆ ਹੋਈ ਤਹਿ ਆਏ, ਜਦੋਂ ਸੰਧਿਆ ਦਾ ਸਮਾਂ ਹੋਇਆ ਸੀ ਰਹਿਰਾਸ ਦਾ ਟਾਈਮ, ਉੱਥੇ ਪਹੁੰਚ ਗਏ। ਪੈਂਦ ਖਾਨ ਸੋ ਭੱਟ ਸਮਦਾਏ, ਪੈਂਦੇ ਖਾਨ ਬਿਧੀ ਚੰਦ ਸਾਰੀਆਂ ਫੌਜਾਂ ਵੀ ਉੱਥੇ ਆ ਗਈਆਂ। ਹਾਇਨ ਪਜਾਵਤ ਪਹੁੰਚੇ ਤਹਾ, ਘੋੜੇ ਦੁੜਾ ਕੇ ਸਾਰੀ ਫੌਜ ਉੱਥੇ ਪਹੁੰਚ ਗਈ। ਪਿਕ ਸਤ ਗੁਰ ਪਾਇਓ ਸੁਖ ਮਹਾ, ਮਹਾਰਾਜ ਦੇ ਦਰਸ਼ਨ ਕਰਕੇ ਸਾਰੀਆਂ ਫੌਜਾਂ ਬੜੀਆਂ ਖੁਸ਼ ਹੋਈਆਂ। ਕਿਤਕ ਚਮੂ ਮਗ ਮੈਂ ਕੀ ਡੇਰਾ, ਕੁਝ ਫੌਜ ਨੇ ਰਸਤੇ ਚ ਡੇਰਾ ਕੀਤਾ। ਬਸਰਿਓ ਅੰਧਕਾਰ
ਚਾਰ ਜਬ ਹੇਰਾ ਜਦੋਂ ਚਾਰੇ ਪਾਸੇ ਹਨੇਰਾ ਵੇਖਿਆ ਤਹ ਬਸ ਕਰ ਗੁਰ ਨਿਸ਼ਾ ਬਤਾਈ। ਮਹਾਰਾਜ ਨੇ ਉੱਥੇ ਜੰਗਲ ਵਿੱਚ ਮੰਗਲ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਛਾਉਣੀ ਪਾ ਦਿੱਤੀ। ਥਾਂ ਥਾਈ ਤੰਬੂ ਲੱਗ ਗਏ। ਗੁਰੂ ਮਹਾਰਾਜ ਦੀਆਂ ਫੌਜਾਂ ਆ ਗਈਆਂ, ਘੋੜੇ ਵੱਜ ਗਏ, ਲੰਗਰ ਪੱਕਿਆ, ਲੰਗਰ ਪ੍ਰਸ਼ਾਦਾ ਛਕ ਕੇ ਉਸ ਛਾਉਣੀ ਵਿੱਚ ਰਾਤ ਕੱਟੀ ਹੈ। ਜਾਗੇ ਸਕਲ ਪ੍ਰਾਤ ਹੋਏ ਆਈ, ਅੰਮ੍ਰਿਤ ਵੇਲਾ ਹੋਇਆ, ਅਗਲੇ ਦਿਨ ਸਾਰੇ ਸਭਾ ਪੈ ਰਾਤ ਰਹਿੰਦੀ ਉੱਠੇ ਹਨ। ਨਿਜ ਕਰ ਸੋ ਗੁਰ ਟੱਕ ਲਗਾਇਓ। ਮਹਾਰਾਜ ਨੇ ਬਾਬਾ ਬਿਧੀ ਚੰਦ ਜੀ, ਭਾਈ ਜੇਠਾ ਜੀ, ਸਾਰੇ ਸਿੱਖਾਂ ਨੂੰ ਬੁਲਾ ਕੇ ਆਪਣੇ ਹੱਥ ਦੇ ਨਾਲ ਟੱਕ ਲਾਇਆ। ਪਿੰਡ ਵਸਾਣ ਦਾ ਮੁੱਢ ਬੰਨਿਆ ਹੈ, ਮੋਹੜਾ ਗਾੜ ਰਿਦੇ ਹਰ ਖਾਇਓ, ਤੇ ਪਿੰਡ ਦੀ ਮੋਹੜੀ ਗੱਡ ਦਿੱਤੀ। ਪੁਰਾਣੇ ਜ਼ਮਾਨੇ ਜਿੱਥੇ ਪਿੰਡ ਵਸਾਉਂਦੇ ਸੀ ਨਾ, ਉੱਥੇ ਇੱਕ ਮੋਹੜੀ ਗੱਡਿਆ ਕਰਦੇ ਸੀ। ਗੁਰੂ ਸਾਹਿਬ ਜੀ ਨੇ ਆਪਣੇ ਹੱਥ ਦੇ ਨਾਲ ਇਸ ਨਵੇਂ ਪਿੰਡ ਦੀ ਮੋਹੜੀ ਗੱਡੀ ਹੈ। ਸਾਧੂ ਸੰਗ ਕਹਿਓ ਹੋਏ ਗ੍ਰਾਮੂ, ਤੇ ਭਾਈ ਸਾਧੂ ਨੂੰ ਕਹਿਣ ਲੱਗੇ ਇੱਥੇ ਪਿੰਡ ਵਸੇਗਾ। ਆਪਣਾ ਨਾਮ ਪਰ ਧਰ ਇਸ ਨਾਮੂ, ਮਹਾਰਾਜ ਕਹਿੰਦੇ ਆਪਣੇ ਨਾਂ ਤੇ ਇਹਦਾ ਨਾਂ ਰੱਖ ਲੈ। ਸੁਣ ਸਾਧੂ ਕਰ ਜੋਰ ਉਚਾਰਾ, ਭਾਈ ਸਾਧੂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮੁੜ ਤੇ ਮਮ ਸੁਤ ਸਿੱਖ ਉਦਾਰਾ। ਮਹਾਰਾਜ ਮੇਰੇ ਨਾਲੋਂ ਮੇਰਾ ਪੁੱਤਰ ਤੁਹਾਡਾ ਪੱਕਾ ਸਿੱਖ, ਮੇਰਾ ਪੁੱਤਰ ਜਨਮ ਤੋਂ ਸਿੱਖ ਹੈ, ਮੈਂ ਤਾਂ ਬਾਅਦ ਵਿੱਚ ਸਿੱਖ ਬਣਿਆ, ਇਹਨੂੰ ਜਨਮ ਤੋਂ ਗੁੜਤੀ ਸਿੱਖੀ ਦੀ ਮਿਲੀ ਹੈ। ਨਿਸ਼ਚਾ ਅਦਕ ਆਪ ਕੇ ਮਾਹੀ, ਮੇਰੇ ਪੁੱਤਰ ਦਾ ਨਿਸ਼ਚਾ ਤੁਹਾਡੇ 'ਚ ਬਹੁਤ ਪੱਕਾ ਹੈ। ਇਹਨੇ ਹੀ ਕਿਹਾ ਸੀ ਪਿਤਾ ਜੀ ਪਾਣੀ ਗੁਰਾਂ ਦੇ ਪੀਣ ਲੈ ਕੇ ਸਾਡੇ ਪੀਣ ਜੋਗਾ ਜੀ, ਇਹ ਮਹਾਰਾਜ ਤੁਹਾਡਾ ਪਿਆਰਾ ਪੁੱਤਰ ਹੈ। ਬਸ ਹੋਰੀ ਦੇ ਕਬ ਬਿਸਰਤ ਨਾਹੀ, ਸਦਾ ਹੀ ਇਹਦੇ ਹਿਰਦੇ 'ਚ ਤੁਸੀਂ ਵੱਸਦੇ ਹੋ, ਕਦੀ ਵੀ ਮਹਾਰਾਜ ਤੁਹਾਨੂੰ ਭੁਲਾਉਂਦਾ ਨਹੀਂ, ਅੱਠੇ ਪੈਰ ਸਤਿਗੁਰੂ ਤੁਹਾਡੇ ਹੀ ਧਿਆਨ ਵਿੱਚ ਮਗਨ ਰਹਿੰਦਾ ਹੈ। ਪੁੱਤਰ ਨਾਮ ਪਰ ਰੱਖੋ ਨਾਮੂ, ਵਾਹ ਮਹਾਰਾਜ ਮੇਰੇ ਪੁੱਤਰ ਦੇ ਨਾਂ ਉੱਤੇ ਪਿੰਡ ਦਾ ਨਾਂ ਰੱਖ ਦਿਓ। ਸੁਣ ਗੁਰ ਭਾਖਿਓ ਰੂਪਾ ਗ੍ਰਾਮੂ, ਤੇ ਮਹਾਰਾਜ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਠੀਕ ਹੈ, ਇਸ ਪਿੰਡ ਦਾ ਨਾਮ ਭਾਈ ਰੂਪਾ ਹੋਵੇਗਾ। ਕਹਿਓ ਬੋਹਰੇ ਅਬ ਸਦਨ ਸਬਨੀਜੈ, ਮਹਾਰਾਜ ਕਹਿੰਦੇ ਇੱਥੇ ਹੁਣ ਸੋਹਣਾ ਘਰ ਬਣਾਓ, ਤੇ ਹੋਰ ਤੁਹਾਡੀ ਬਰਾਦਰੀ ਦੇ ਲੋਕ ਜਿਹੜੇ ਨੇ ਉਹ ਵੀ ਇੱਥੇ ਆ ਕੇ ਵਸਣਗੇ, ਹੋਰ ਵੀ ਜਾਤਾਂ ਇੱਥੇ ਵਸਣਗੀਆਂ। ਵਿਦਤ ਹੈ ਦੇਸ਼ਨ ਵਿਖੇ ਜਨੀਜੈ, ਔਰ ਇਹ ਸਾਰੇ ਦੇਸ਼ ਮਾਲਵੇ ਮਾਝੇ ਦੁਆਬੇ 'ਚ ਪ੍ਰਸਿੱਧ ਹੋਵੇਗਾ ਪੰਜਾਬ ਵਿੱਚ ਭਾਈ ਰੂਪਾ। ਅੱਜ ਵੀ ਉਹ ਪਿੰਡ ਬਹੁਤ ਵੱਡਾ ਹੈ ਭਾਈ ਰੂਪਾ, ਮਹਾਰਾਜ ਕਹਿੰਦੇ ਇੱਥੇ ਵਸੇਗਾ। ਹਮ ਭੀ ਪੁਨ ਆਵ ਹੈ ਇਸ ਥਾਨ, ਅਸੀਂ ਫਿਰ ਇੱਥੇ ਆਵਾਂਗੇ, ਇੱਕ ਵਾਰੀ ਅਸੀਂ ਫਿਰ ਆਵਾਂਗੇ ਇੱਥੇ। ਕੇਤਕ ਜੋਸ਼ ਕਰਹਿ ਗੁਜਰਾਨ, ਕੁਝ ਦਿਨ ਇੱਥੇ ਰਵਾਂਗੇ ਤੇ ਦਸਵੇਂ ਜਾਮੇ 'ਚ ਵੀ ਇੱਧਰ ਚਰਨ ਪਾਵਾਂਗੇ। ਦਸਵੇਂ ਜਾਮੇ 'ਚ ਸੱਚੇ ਪਾਤਸ਼ਾਹ ਜੀ ਜਦੋਂ ਗਏ ਨੇ ਆਪਣਾ ਪਰਿਵਾਰ ਵਾਰ ਕੇ, ਭਾਈ ਰੂਪੇ ਦੇ ਪੋਤਰੇ ਪਰਮ ਸਿੰਘ ਅਤੇ ਧਰਮ ਸਿੰਘ ਨੇ ਬੜੀ ਸੇਵਾ ਨਿਭਾਈ ਹੈ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਸਾਹਿਬ ਨੂੰ ਚਾਲਾ ਮਾਰਿਆ ਅਤੇ ਧਰਮ ਸਿੰਘ ਨਾਲ ਗਿਆ, ਅਤੇ ਸਾਧ ਸੰਗਤ ਜੀ ਰਸਤੇ ਵਿੱਚ ਜਿੱਥੇ ਸਤਿਗੁਰੂ ਜੀ ਨੇ ਪੜਾਂ ਕਰਨਾ ਹੁੰਦਾ ਸੀ ਨਾ ਕਲਗੀਧਰ ਪਿਤਾ ਜੀ ਨੇ, ਧਰਮ ਸਿੰਘ ਘੰਟਾ ਦੋ ਘੰਟੇ ਪਹਿਲੇ ਉੱਥੇ ਪਹੁੰਚਦਾ ਸੀ, ਅਤੇ ਜਾ ਕੇ ਲੱਕੜਾਂ ਵੱਢ ਕੇ, ਕਿਉਂਕਿ ਤਰਖਾਣ ਸੀ, ਮਿਸਤਰੀ ਸੀ, ਫਟਾਫਟ ਬਣਾ ਕੇ ਨਾ ਮੰਜਾ ਨਵਾਂ
ਤੇ ਨਵਾਂ ਮੰਜਾ ਤਿਆਰ ਕਰਕੇ ਰੱਖ ਛੱਡਦਾ ਸੀ। ਜਿੰਨੇ ਚਿਰ ਨੂੰ ਕਲਗੀਧਰ ਪਹੁੰਚਦੇ ਸੀ ਮੰਜਾ ਤਿਆਰ ਹੁੰਦਾ ਸੀ, ਉਹਦੇ 'ਤੇ ਪਾਤਸ਼ਾਹ ਬਹਿੰਦੇ ਸੀ, ਅਗਲੇ ਪੜਾਅ 'ਤੇ ਨਵਾਂ ਮੰਜਾ ਫਿਰ ਤਿਆਰ ਕਰਦਾ ਸੀ ਜਾ ਕੇ। ਇਹ ਇੰਨੇ ਸਿਦਕੀ ਸਿੱਖ ਹੋਏ ਨੇ, ਮਹਾਰਾਜ ਛੇਵੇਂ ਪਾਤਸ਼ਾਹ ਕਹਿੰਦੇ ਤੁਹਾਡੇ ਕੋਲ ਆਵਾਂਗੇ। ਆ ਬੱਚੇ ਨੂੰ ਨੀ ਚੁੱਪ ਕਰਾ ਸਕਦੇ ਮਾਤਾ ਪਿਤਾ, ਇੰਨਾ ਚਿਰ ਹੋ ਗਿਆ ਨਾਲ ਲੈ ਕੇ ਆਏ ਹੋ, ਤੇ ਭਾਈ ਸਾਂਭੋ ਥੋੜਾ ਜਿਹਾ, ਮਿਹਰਬਾਨੀ ਕਰੋ, ਪੜੋ ਭਾਈ। ਇਮ ਕਹਿ ਸਤਿਗੁਰ ਭੇ ਅਸਵਾਰ, ਇਸ ਤਰ੍ਹਾਂ ਕਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੋਂ ਚਾਲਾ ਪਾਤਾ, ਸਵਾਰ ਹੋ ਗਏ। ਸਨੇ ਸਨੇ ਚੱਲ ਖਿਲਤ ਸ਼ਿਕਾਰ, ਤੇ ਰਸਤੇ 'ਚ ਮਾਲਵੇ ਦੀ ਧਰਤੀ 'ਤੇ ਸ਼ਿਕਾਰ ਬਹੁਤ ਮਿਲਦਾ ਸੀ, ਜੰਗਲ ਸੀ ਨਾ, ਤੇ ਸਤਿਗੁਰੂ ਸ਼ਿਕਾਰ ਖੇਡਦੇ ਜਾਂਦੇ ਹਨ। ਸਾਧੂ ਰੂਪ ਚੰਦ ਮਿਲ ਦੋ, ਤੇ ਭਾਈ ਸਾਧੂ ਤੇ ਭਾਈ ਰੂਪ ਚੰਦ ਦੋਵੇਂ ਪਿਓ ਪੁੱਤਰ, ਗ੍ਰਾਮ ਵਸਾਵਨ ਕੀਨਸ ਸੋਊ, ਉਹਨਾਂ ਨੇ ਰਲ ਕੇ ਇਹ ਪਿੰਡ ਵਸਾਇਆ ਜਿਹਦਾ ਨਾਮ ਅੱਜ ਕੱਲ ਭਾਈ ਰੂਪਾ ਹੈ। ਗੁਰਬਰ ਕਰ ਨਰ ਗਨ ਤਬ ਵਾਸੇ, ਗੁਰੂ ਸਾਹਿਬ ਦਾ ਵਾਰ ਹੋ ਗਿਆ ਵੀ ਪਿੰਡ ਬੜਾ ਵਸੇਗਾ, ਜਿੱਥੇ ਕੋਈ ਮਹਾਂਪੁਰਸ਼ ਇਹੋ ਜਿਹੇ ਬਚਨ ਕਰ ਦਿੰਦੇ ਉਹ ਖਾਲੀ ਥੋੜਾ ਜਾਂਦੇ, ਬਰਕਤਾਂ ਪੈ ਗਈਆਂ। ਦਿਨੋਂ ਦਿਨ ਪਿੰਡ ਦੇ ਵਿੱਚ ਵਸੇਬਾ ਵੱਧਦਾ ਹੀ ਗਿਆ, ਵੱਧਦਾ ਹੀ ਗਿਆ। ਹਾਂਜੀ, ਆਨ ਆਪਨੇ ਰਚੇ ਆਵਾਸੇ, ਲੋਕਾਂ ਨੇ ਆ ਆ ਕੇ ਰੂਪੇ ਪਿੰਡ ਵਿੱਚ ਆਪਣੇ ਘਰ ਬਣਾ ਲਏ। ਸੇਵ ਦੇਖ ਕੀ ਕਰਬੇ ਲਾਗੇ, ਭਾਈ ਸਾਧੂ ਤੇ ਭਾਈ ਰੂਪਾ ਦੋਵੇਂ ਪਿਓ ਪੁੱਤਰ ਲੰਗਰ ਦੀ ਸੇਵਾ ਕਰਨ ਲੱਗੇ ਹਨ। ਗੁਰੂ ਪ੍ਰੇਮ ਮਹਿ ਰਹਿਣਿਤ ਪਾਗੇ, ਹਰ ਵੇਲੇ ਗੁਰਬਾਣੀ ਸ੍ਰੀ ਜਪਜੀ ਸਾਹਿਬ, ਸੁਖਮਣੀ ਸਾਹਿਬ, ਆਸਾ ਦੀ ਵਾਰ ਨਿਤਨੇਮ ਕਰਦੇ ਹੀ ਰਹਿੰਦੇ, ਵਾਹਿਗੁਰੂ ਵਾਹਿਗੁਰੂ ਜਪਦੇ ਰਹਿੰਦੇ। ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਜਾਪ ਚੱਲਦਾ ਹੀ ਰਹਿੰਦਾ, ਲੰਗਰ ਅੱਠੇ ਪੈਰ। ਅੱਜ ਵੀ ਉੱਥੇ ਭਾਈ ਰੂਪੇ ਦਾ ਲੰਗਰ ਚੱਲਦਾ ਸਾਧ ਸੰਗਤ 'ਚ। ਹਾਂਜੀ, ਇਸਤਰੀ ਪੁਰਸ਼ ਟਹਿਲ ਕੋ ਕਰਹੀ, ਇਸਤਰੀ ਪੁਰਸ਼ ਪਿੰਡ ਦੇ ਲੋਕ ਵੀ ਸੇਵਾ ਕਰਦੇ। ਅੱਜ ਕੱਲ੍ਹ ਉਹਨਾਂ ਦੀਆਂ ਮਾਈਆਂ ਬੀਬੀਆਂ ਨੂੰ ਭਾਈ ਆਣੀਆਂ ਕਹਿੰਦੇ, ਕਿਉਂਕਿ ਭਾਈ ਸਾਹਿਬ ਦਾ ਪਰਿਵਾਰ ਹੈ ਨਾ ਭਾਈ ਰੂਪੇ ਦਾ, ਉਹ ਅਜੇ ਤੱਕ ਉਸੇ ਸ਼ਰਧਾ ਨਾਲ ਦਾਲ ਪ੍ਰਸ਼ਾਦਾ ਬਣਾ ਕੇ ਛਕਾਉਂਦੇ ਆਏ ਗਏ ਹਨ। ਹਾਂਜੀ, ਛੋਦਤ ਅਸਨ ਦੇ ਭਾਉ ਸੋ ਧਰਹੀ, ਮਹਾਰਾਜ ਸਾਹਿਬ ਜੀ ਦੀ ਸੰਗਤ ਦਾ ਪ੍ਰੇਮ ਕਰਦੇ ਆਏ, ਕੋਈ ਵੀ ਭੁੱਖਾ ਨੰਗਾ ਗੁਰੂ ਦਾ ਲੰਗਰ ਛਕਾਉਂਦੇ ਹਨ ਭਾਈ ਰੂਪ ਚੰਦ ਜੀ। ਅਬ ਲਗ ਤਿਨ ਕੇ ਹੈ ਇਹੋ ਰੀਤ, ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਹੁਣ ਤੱਕ ਉਹਨਾਂ ਦਾ ਪਰਿਵਾਰ ਚੱਲਿਆ ਆਉਂਦਾ, ਹੁਣ ਵੀ ਹੈ, 5-7 ਸਾਲ ਪਹਿਲਾਂ ਦਾਸ ਜਾ ਕੇ ਵੀ ਆਇਆ। ਬੜੀਆਂ ਪਵਿੱਤਰ ਨਿਸ਼ਾਨੀਆਂ ਉੱਥੇ ਗੁਰੂ ਸਾਹਿਬਾਂ ਦੀਆਂ ਅਜੇ ਵੀ ਸਾਂਭੀਆਂ ਹੋਈਆਂ, ਉਹਨਾਂ ਵਿੱਚੋਂ ਕੁਝ ਸਿੰਘ ਅਜੇ ਵੀ ਬਾਹਰਲੇ ਮੁਲਕਾਂ 'ਚ ਆ ਕੇ ਦਰਸ਼ਨ ਵੀ ਕਰਾਉਂਦੇ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਦੇ ਭਾਈ ਰੂਪੇ ਦੇ ਪਰਿਵਾਰ ਵਿੱਚੋਂ, ਤੇ ਲੰਗਰ ਦੀ ਸੇਵਾ ਵੀ ਉਸੇ ਤਰ੍ਹਾਂ ਹੀ ਜਾਰੀ ਰਹੀ ਹੈ। ਸੇਵਾ ਹੈ ਦੇਖ ਤਰ੍ਹਾਂ ਔਰ ਪ੍ਰੀਤ, ਲੰਗਰ ਦੀ ਸੇਵਾ ਨੂੰ ਬੜਾ ਮੁੱਖ ਮੰਨਦੇ ਹਨ, ਕਿਉਂਕਿ ਮਹਾਰਾਜ ਨੇ ਲੰਗਰ ਦੀ ਸੇਵਾ ਬਖਸ਼ੀ ਸੀ। ਗੁਰੂ ਸਾਹਿਬ ਜੀ, ਗੁਰੂ ਨਾਨਕ ਸਾਹਿਬ ਜੀ ਨੇ 20 ਰੁਪਈਆਂ ਦਾ ਲੰਗਰ ਲਾਇਆ, ਦਸਾਂ ਪਾਤਸ਼ਾਹੀਆਂ ਨੇ ਇਹਦਾ ਪ੍ਰਚਾਰ ਕੀਤਾ, ਸਦਾ ਹੀ ਕਿਹਾ ਭਾਈ ਲੰਗਰ ਚਲਾਓ, ਜਿੱਥੇ ਵੀ ਕੋਈ ਸਿੱਖ ਮਿਲਿਆ ਉਹਨੂੰ ਉਪਦੇਸ਼ ਦਿੱਤਾ ਲੰਗਰ ਚਲਾਓ, ਬੜੀਆਂ ਬਰਕਤਾਂ ਪੈਂਦੀਆਂ ਲੰਗਰ ਦੇ ਵਿੱਚ। ਹਾਂਜੀ, ਬੜੇ ਸਮਰਿੱਧਵਾਨ ਵੀ ਭਏ, ਸਾਧ ਸੰਗਤ ਜੀ ਇਹਨਾਂ ਦੇ ਪਰਿਵਾਰ ਚੋਂ ਬੜੀਆਂ ਸਮਰਿੱਧੀਆਂ ਵਾਲੇ ਅਮੀਰ ਵੀ ਬੜੇ ਹੋਏ। ਹਾਂਜੀ, ਸੇਵਕ ਅਗਰ ਬ੍ਰਿੰਦ ਹੋਏ ਗਏ, ਕਿਉਂਕਿ ਅੱਗੇ ਸੰਗਤਾਂ ਬਹੁਤ ਜੁੜ ਗਈਆਂ, ਗਾਂ ਇਹਨਾਂ ਦੇ ਸੇਵਕ ਬਹੁਤ ਹੋਏ, ਭਾਈ ਰੂਪੇ ਦੇ ਪੋਤਰੇ ਭਾਈ ਪਰਮ ਸਿੰਘ ਜੀ, ਭਾਈ ਧਰਮ ਸਿੰਘ ਜੀ ਹੋਏ, ਦਸਵੇਂ ਪਾਤਸ਼ਾਹ ਕੋਲੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਪਰਮ ਚੰਦ ਤੋਂ ਧਰਮ ਚੰਦ ਤੋਂ
ਪਰਮ ਸਿੰਘ ਧਰਮ ਸਿੰਘ ਬਣੇ ਸਨ। ਹਾਂਜੀ, ਗ੍ਰਹਿ ਦੇਗ ਕੀ ਟਹਿਲ ਸੁਧਾਰੇ, ਔਰ ਦੇਗ ਦੀ ਸੇਵਾ, ਲੰਗਰ ਦੀ ਸੇਵਾ ਬੜੇ ਪ੍ਰੇਮ ਨਾਲ ਕਰਦੇ ਸੀ। ਜਦੋਂ ਮਹਾਰਾਜ ਚੌਧਰੀ ਸਮੀਰ ਦੇ ਘਰ ਪਿੰਡ ਦੀਨਾ ਕਾਂਗੜ ਉਤਰੇ ਹੋਏ ਸਨ, ਕਲਗੀਧਰ ਪਾਤਸ਼ਾਹ ਤਖਾਣਾ ਦੇ ਘਰ ਹੀ ਚੁਬਾਰੇ ਵਿੱਚ ਡੇਰਾ ਲਾਇਆ ਹੋਇਆ ਸੀ। ਚੌਧਰੀ ਸਮੀਰ ਪ੍ਰਸ਼ਾਦਾ ਲਿਆਉਂਦਾ ਸੀ ਮਹਾਰਾਜ ਵਾਸਤੇ, ਸਤਿਗੁਰੂ ਛੱਕ ਕੇ ਪ੍ਰਸ਼ਾਦਾ ਉੱਥੇ ਆਰਾਮ ਕਰਦੇ ਗੁਪਤ ਰਹਿੰਦੇ ਸਨ। ਸੂਬੇ ਸਰਹੰਦ ਨੇ ਚੌਧਰੀ ਸਮੀਰ ਨੂੰ ਚਿੱਠੀ ਲਿਖੀ, ਪਤਾ ਲੱਗਾ ਗੁਰੂ ਗੋਬਿੰਦ ਸਿੰਘ ਤੇਰੇ ਘਰ ਠਹਿਰਿਆ ਹੋਇਆ, ਤੂੰ ਇੰਝ ਕਰ ਗੁਰੂ ਗੋਬਿੰਦ ਸਿੰਘ ਨੂੰ ਮੇਰੇ ਹਵਾਲੇ ਕਰ ਦੇ, ਕਿਉਂਕਿ ਮੇਰਾ ਦੁਸ਼ਮਣ ਹੈ, ਸਾਡਾ ਬਾਗੀ ਹੈ ਸਰਕਾਰ ਦਾ, ਗੁਰੂ ਗੋਬਿੰਦ ਸਿੰਘ ਨੂੰ ਮੇਰੇ ਹਵਾਲੇ ਕਰ ਦੇ, ਮੈਂ ਤੈਨੂੰ ਮੂੰਹ ਮੰਗਿਆ ਇਨਾਮ ਜਗੀਰਾਂ ਦਿਆਂਗਾ। ਚੌਧਰੀ ਸ਼ਮੀਰ ਨੇ ਚਿੱਠੀ ਦਾ ਜਵਾਬ ਲਿਖਿਆ, ਕਹਿਣ ਲੱਗਾ ਕਿ ਸੂਬਾ ਸਰਹੰਦ, ਪਹਿਲਾਂ ਆਪਣੇ ਜਿੰਨੇ ਪੀਰਾਂ ਨੂੰ ਤੂੰ ਮੰਨਦਾ, ਜਿਹੜਾ ਪੀਰਾਂ ਦਾ ਤੂੰ ਮੁਰੀਦ ਹੈ, ਉਹ ਫੜ ਕੇ ਮੇਰੇ ਹਵਾਲੇ ਕਰ ਦੇ। ਜੇ ਤੂੰ ਆਪਣੇ ਪੀਰ ਮੇਰੇ ਹਵਾਲੇ ਕਰ ਸਕਦਾ, ਮੈਂ ਵੀ ਸੋਚਾਂਗਾ ਬਾਅਦ ਵਿੱਚ। ਗੁਰੂ ਗੋਬਿੰਦ ਸਿੰਘ ਮੇਰੇ ਸਿਰ ਨਾਲ ਹੈ, ਜਿੰਨਾ ਚਿਰ ਮੈਂ ਜਿਉਂਦਾ ਗੁਰੂ ਗੋਬਿੰਦ ਸਿੰਘ ਵੱਲ ਤੂੰ ਝਾਕ ਵੀ ਨਹੀਂ ਸਕਦਾ। ਚੌਧਰੀ ਸਮੀਰ ਨੇ ਬੜੀ ਸੇਵਾ ਕੀਤੀ, 3 ਮਹੀਨੇ ਲਗਭਗ ਉੱਥੇ ਮਹਾਰਾਜ ਚੁਬਾਰੇ 'ਚ ਰਹੇ ਨੇ। ਕੱਚਾ ਕੋਠਾ ਸੀ, ਕੱਚੇ ਚੁਬਾਰੇ 'ਚ ਆਸਣ ਸੀਗਾ। ਧਰਮ ਸਿੰਘ ਅਤੇ ਪਰਮ ਸਿੰਘ ਨੂੰ ਪਤਾ ਲੱਗਾ, ਉਦੋਂ ਖਾਸ ਖਾਸ ਸਿੰਘ ਹੀ ਗੁਰੂ ਸਾਹਿਬ ਨੂੰ ਮਿਲ ਸਕਦੇ ਸਨ, ਗੁਰੂ ਸਾਹਿਬ ਓਪਨ ਹੋ ਕੇ ਨਹੀਂ ਸੀ ਬੈਠੇ, ਗੁਪਤ ਵਾਸ ਵਿੱਚ ਸਨ। ਧਰਮ ਸਿੰਘ ਪਰਮ ਸਿੰਘ ਦੋਵੇਂ ਭਰਾ ਉੱਥੇ ਆਏ, ਵੇਖਿਆ ਬਾਜਾਂ ਵਾਲੇ ਤਾਜਾਂ ਵਾਲੇ ਪਾਤਸ਼ਾਹ ਕੱਚੇ ਕੋਠੇ ਵਿੱਚ ਮਾਮੂਲੀ ਜਿਹੀ ਚਾਦਰ ਦੇ ਉੱਤੇ ਮੰਜੇ 'ਤੇ ਬਿਰਾਜੇ ਸਨ, ਅਤੇ ਇੱਕ ਟਾਈਮ ਪ੍ਰਸ਼ਾਦਾ ਛਕਦੇ ਸਨ ਅਤੇ ਨਾਮ ਬਾਣੀ 'ਚ ਜੁੜੇ ਸਨ। ਮਨ ਵਿੱਚ ਸੋਚਿਆ ਸਤਿਗੁਰਾਂ ਦੇ ਕੋਲ ਸਿੰਘ ਆਉਂਦੇ ਨੇ ਪ੍ਰਸ਼ਾਦੇ ਤੋਂ ਬਿਨਾਂ। ਭਾਈ ਪਰਮ ਸਿੰਘ ਧਰਮ ਸਿੰਘ ਰੋਜ਼ ਗੱਡਾ ਭਰ ਕੇ ਪ੍ਰਸ਼ਾਦਿਆਂ ਦਾ ਅਤੇ ਦਾਲੇ ਦਾ ਦੇਗਾ ਉੱਥੇ ਲੈ ਆਉਂਦੇ ਸੀ ਸਵੇਰੇ। ਸਾਰਾ ਦਿਨ ਜਿਹੜਾ ਵੀ ਕੋਈ ਸਿੰਘ ਆਉਂਦਾ ਗੱਫਾ ਪ੍ਰਸ਼ਾਦਾ ਛਕਾ ਕੇ ਰਾਤ ਨੂੰ ਗੱਡਾ ਵਾਪਸ ਪਿੰਡ ਲੈ ਜਾਣਾ, ਸਵੇਰੇ ਫਿਰ ਪ੍ਰਸ਼ਾਦੇ ਬਣਾ ਕੇ ਇੱਥੇ ਆ ਜਾਣਾ। ਇਹ ਪ੍ਰੇਮੀ ਗੁਰੂ ਕੇ ਲਾਲ ਸਿੱਖ ਹੋਏ। ਮਹਾਰਾਜ 6ਵੇਂ ਪਾਤਸ਼ਾਹ ਦੀ ਬਖਸ਼ਿਸ਼ ਹੋਈ। ਸੋ ਕਹਿ ਰਹੇ ਨੇ ਕਿ ਗੁਰੂ ਦੇ ਪਿਆਰ ਵਿੱਚ ਭਿੱਜੇ ਇਹਨਾਂ ਵਿੱਚ ਬੜੇ ਬੜੇ ਮਹਾਂਪੁਰਸ਼ ਹੋਏ ਹਨ। ਗਰਭਹੀਨ ਸੰਤਤ ਸਭ ਹੋਈ, ਇੱਕ ਵੱਡੀ ਖੇਡ ਇਹਨਾਂ ਦੇ ਪਰਿਵਾਰ ਦੀ, ਹੰਕਾਰ ਨਹੀਂ ਕਿਸੇ 'ਚ ਵੇਖਿਆ, ਮਨ ਨਿਮਰਤਾ ਹੀ ਰਹੀ। ਭਾਵੇਂ ਪੈਸਾ ਟਕਾ ਬਹੁਤ ਆਇਆ, ਅਮੀਰੀ ਵੀ ਬੜੀ ਹੋਈ, ਰਾਜਿਆਂ ਵਰਗਾ ਹੋ ਗਿਆ ਭਾਈ ਰੂਪੇ ਦਾ ਪਰਿਵਾਰ, ਪਰ ਕਦੀ ਇਹ ਨਹੀਂ ਹੋਇਆ ਵੀ ਅਸੀਂ ਅਮੀਰ ਹਾਂ, ਪੈਸੇ ਵਾਲੇ ਹਾਂ, ਵੱਡੇ ਹਾਂ। ਥੋੜ੍ਹੀ ਜਿਹੀ ਮਾਇਆ ਆ ਜਾਏ ਨਾ ਤਾਂ ਬੰਦਾ ਬੰਦੇ ਨੂੰ ਬੰਦਾ ਨਹੀਂ ਸਮਝਦਾ। ਪਰ ਗੁਰੂ ਕੇ ਸਿੱਖਾਂ ਵਿੱਚ ਗੁਰਸਿੱਖੀ ਦੀ ਖੁਸ਼ਬੂ ਆਉਂਦੀ ਹੈ। ਜਿੱਡੀ ਮਰਜ਼ੀ ਮਾਣ ਵਡਿਆਈ ਤਾਕਤ ਮਿਲੀ, ਮਨ ਨੀਵਾਂ ਅਤੇ ਮੱਤ ਉੱਚੀ ਹੁੰਦੀ ਹੈ। ਇਸ ਤਰ੍ਹਾਂ ਉਹਨਾਂ ਦਾ ਪਰਿਵਾਰ ਅੱਜ ਵੀ ਸਾਧ ਸੰਗਤ ਜੀ, ਭਾਈ ਬੂਟਾ ਸਿੰਘ ਉਹਨਾਂ 'ਚੋਂ ਸੇਵਾ ਨਿਭਾਉਂਦੇ, ਦਾਸ ਨੂੰ ਕਈ ਵਾਰੀ ਮਿਲੇ ਹੈ, ਹੋਰ ਵੀ ਸਿੰਘ ਨੇ। ਮਨ ਬੜਾ ਹੀ ਪਿਆਰ ਵਾਲਾ, ਨਿਮਰਤਾ ਵਾਲਾ, ਇਹ ਨਹੀਂ ਵੀ ਅਸੀਂ ਵੱਡੇ ਪਰਿਵਾਰ 'ਚੋਂ ਹਾਂ, ਅਸੀਂ ਮਾਇਆ ਵਾਲੇ ਹਾਂ, ਨਾ, ਉਹ ਪਿਆਰ ਬਣਿਆ ਹੋਇਆ। ਗੁਰੂ ਦੀ ਬਖਸ਼ਿਸ਼ ਹੈ, ਜਿਵੇਂ ਬਾਣੀ 'ਚ ਆਉਂਦਾ ਨਾ, ਪ੍ਰਹਿਲਾਦ ਜਨ ਕੇ ਹਾਰ ਜੀਓ ਇੱਕ ਹੀ ਕੁੱਲ ਉਧਾਰੇ, ਉਹ ਕੁੱਲਾਂ ਗਾਂ ਦੀ ਗਾਂ, ਗਾਂ ਦੀ ਗਾਂ ਪੀੜ੍ਹੀਆਂ ਹੀ ਤਾਰ ਦਿੱਤੀਆਂ ਸੱਚੇ ਪਾਤਸ਼ਾਹ ਨੇ। ਹਾਂਜੀ, ਅਸਨੇ ਚਾਵ ਹੈ ਛੁਦਤ ਜੇ ਕੋਈ, ਕੋਈ ਵੀ ਭੁੱਖਾ ਆ ਜਾਵੇ ਉਹਨੂੰ ਪ੍ਰਸ਼ਾਦਾ ਜ਼ਰੂਰ ਛਕਾਉਂਦੇ ਨੇ ਭਾਈ ਰੂਪ ਚੰਦ ਦੇ ਪਰਿਵਾਰ ਵਾਲੇ। ਪੈਂਦ ਖਾਨ ਤਬ ਜੋਰੇ ਹੱਥ, ਜਦੋਂ ਇੱਥੇ ਨਗਰ ਵਸਾ ਦਿੱਤਾ, ਸਤਿਗੁਰੂ ਵਾਪਸ ਚੱਲੇ, ਪੈਂਦੇ ਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਹੇ ਪ੍ਰਭ ਕੋਈ ਨਾ ਲੀਨੋ ਸਾਥ, ਮਹਾਰਾਜ ਅੱਜ ਸਾਡੇ ਕੋਲੋਂ ਕੀ ਗਲਤੀ ਹੋ ਗਈ,
ਤੁਰਨ ਲੱਗਿਆ ਸਾਨੂੰ ਆਵਾਜ਼ ਨਹੀਂ ਮਾਰੀ। ਮਹਾਰਾਜ ਆਪ ਪਾਤਸ਼ਾਹ ਹੋ, ਕਦੀ ਇਕੱਲੇ ਨਾ ਜਾਇਆ ਕਰੋ। ਆਪ ਜੀ ਅੱਜ ਇਕੱਲੇ ਹੀ ਤੁਰ ਕੇ ਆ ਗਏ ਹੋ। ਸੁਣ ਸੁਣ ਸੁਧ ਸਭ ਪਾਤਸ਼ਾਹ ਆਏ। ਮੈਂ ਤਾਂ ਰਾਮ ਕਰ ਰਿਹਾ ਸੀ, ਮੈਨੂੰ ਪਤਾ ਲੱਗਾ ਭਾਈ ਬਿਧੀ ਚੰਦ ਜੀ ਘੋੜੇ ਤੇ ਕਾਠੀ ਪਾਉਂਦੇ ਵੇਖੇ ਤੇ ਉਹ ਮੈਨੂੰ ਪੁੱਛੇ ਬਿਨਾਂ ਉਹ ਵੀ ਦੌੜ ਗਏ ਤੇ ਪਿੱਛੋਂ ਮੈਂ ਦੂਜੇ ਨੰਬਰ ਤੇ ਪਿੱਛੋਂ ਹੋਰ ਫੌਜਾਂ ਆਈਆਂ ਨੇ। ਮਹਾਰਾਜ ਏਦਾਂ ਕੀ ਹੋਇਆ? ਇੰਨੀ ਕਾਹਲ ਕਾਹਦੀ ਸੀ ਕਿ ਤੁਸੀਂ ਮਹਾਰਾਜ ਇਕੱਲੇ ਹੀ ਦੌੜ ਪਏ ਹੋ ਅੱਜ? ਬਿਧੀ ਚੰਦ ਸਭ ਕਹਿਓ ਪ੍ਰਸੰਗ। ਪੈਂਦੇ ਖਾਂ ਦੀ ਗੱਲ ਸੁਣ ਕੇ ਸਤਿਗੁਰੂ ਤੇ ਚੁੱਪ ਕਰ ਗਏ, ਮੁਸਕਰਾ ਕੇ, ਤੇ ਬਿਧੀ ਚੰਦ ਕੋਲ ਬੈਠੇ ਸੀ ਸਿੱਖੀ ਦੀਆਂ ਰਮਜਾਂ ਸਮਝਣ ਵਾਲੇ। ਪੈਂਦੇ ਖਾਂ ਨੂੰ ਕਹਿਣ ਲੱਗੇ, ਸਿੱਖਾਂ ਨਾਲ ਵਤਸਲ ਬਿਰਦੇ ਉਤੰਗ। ਸਿੱਖਾਂ ਨੂੰ ਇਹ ਪਿਆਰ ਕਰਨ ਵਾਲੇ ਹਨ ਸਤਿਗੁਰੂ ਭਗਤ ਬਚਲ ਹਨ। ਮਿਸ਼ਨ ਰੂਪ ਮੈਂ ਵਰਤਾ ਜੈਸੇ। ਇਹ ਜੋ ਸਤਿਗੁਰਾਂ ਦਾ ਪਰਮੇਸ਼ਰ ਦਾ ਰੂਪ ਹੈ, ਸਾਰੀ ਦੁਨੀਆਂ ਨੂੰ ਆਪਣੇ ਭਗਤਾਂ ਨੂੰ ਪਿਆਰ ਕਰਨਾ, ਆਪਣੇ ਭਗਤਾਂ ਨੂੰ ਪੁੱਤਰਾਂ ਤਰ੍ਹਾਂ ਸਮਝਣਾ। ਹਾਂਜੀ, ਨਹੀਂ ਸੁਭਾਅ ਮਿਟਤ ਸੋ ਕੈਸੇ। ਉਹ ਸੁਭਾਅ ਇਹਨਾਂ ਦਾ ਜਾਂਦਾ ਨਹੀਂ, ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਇਹ ਇਹਨਾਂ ਦਾ ਹਰ ਯੁੱਗ ਵਿੱਚ ਰਿਹਾ ਹੈ। ਆਪਣੇ ਸੇਵਕ ਕੀ ਆਪੇ ਰੱਖੈ, ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠਤਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ। ਭਗਤਾਂ ਕੀ ਸਹਾਇਤਾ ਹੇਤ। ਆਪਣੇ ਪਿਆਰੇ ਭਗਤਾਂ ਦੀ ਸਹਾਇਤਾ ਵਾਸਤੇ ਸਤਿਗੁਰੂ ਜੀ ਕਦੀ ਮਰਿਆਦਾ ਨਹੀਂ ਦੇਖਦੇ, ਨੰਗੇ ਪੈਰੀ ਦੌੜੇ ਆਉਂਦੇ ਆ। ਹਾਂਜੀ, ਤਿਆਗਤ ਸਭ ਕੋ ਰਮਾ ਸਮੇਤ। ਆਪਣੀ ਘਰ ਵਾਲੀ ਲਕਸ਼ਮੀ ਦੀ ਵੀ ਪਰਵਾਹ ਨਹੀਂ ਕਰਦੇ, ਉਹਨੂੰ ਵੀ ਤਿਆਗ ਦਿੰਦੇ ਆ। ਆ ਜਦੋਂ ਪ੍ਰਹਿਲਾਦ ਦੀ ਰੱਖਿਆ ਕਰਨੀ ਸੀ ਨਾ, ਤੇ ਬਾਣੀ 'ਚ ਗੁਰੂ ਅਮਰਦਾਸ ਮਹਾਰਾਜ ਨੇ ਭੈਰੋਂ ਮਹੱਲਾ ਤੀਜਾ ਪਾਵਨ ਸ਼ਬਦ ਲਿਖਿਆ ਹੈ। ਕਹਿੰਦੇ ਜਦੋਂ ਪ੍ਰਹਿਲਾਦ ਦੀ ਰੱਖਿਆ ਕੀਤੀ ਤੇ ਘਰ ਵਾਲੀ ਵੀ ਡਰ ਗਈ ਸੀ, ਲਕਸ਼ਮੀ ਵੀ। ਜਦੋਂ ਅੱਧਾ ਸ਼ੇਰ ਦਾ ਤੇ ਅੱਧਾ ਬੰਦੇ ਦਾ ਰੂਪ ਧਾਰਨ ਕੀਤਾ ਨਰ ਸਿੰਘ, ਤੇ ਮਾਰ ਦਿੱਤਾ ਹਰਨਾਕਸ਼ ਦਾ ਪੇਟ ਪਾੜ ਦਿੱਤਾ, ਲਹੂ ਲੁਹਾਣ ਹੋਏ, ਭਗਵਾਨ ਤਖ਼ਤ ਤੇ ਜਾ ਬੈਠੇ ਤੇ ਗੋਦ ਵਿੱਚ ਪ੍ਰਹਿਲਾਦ ਭਗਤ ਨੂੰ ਬਿਠਾ ਲਿਆ। ਤੇ ਉਸ ਵੇਲੇ ਦੇਵਤੇ ਡਰ ਗਏ ਵੀ ਭਗਵਾਨ ਇਹ ਜਿਹੜਾ ਰੂਪ ਬਣਾ ਲਿਆ ਇਹ ਕਦੀ ਬਦਲਣਗੇ ਵੀ ਕਿ ਇੱਦਾਂ ਹੀ ਡਰਾਉਣੇ ਰੂਪ 'ਚ ਰਹਿਣਗੇ। ਦੇਵਤਿਆਂ ਨੇ ਮੀਟਿੰਗ ਕੀਤੀ ਕਿ ਭਗਵਾਨ ਨੂੰ ਕਹੀਏ ਵੀ ਇਹ ਰੂਪ ਬਦਲ ਲੈਣ। ਇਹ ਰੂਪ ਜਿਹੜਾ ਹੈ ਨਾ ਬੜਾ ਭਿਆਨਕ ਹੈ, ਅੱਧਾ ਸ਼ੇਰ ਦਾ ਅਤੇ ਅੱਧਾ ਬੰਦੇ ਦਾ, ਅਤੇ ਲਹੂ ਲੁਹਾਣ ਹੋਈਆਂ ਨੋਂਦਰਾਂ ਪਾ, ਅਤੇ ਬੜਾ ਭਿਆਨਕ ਰੂਪ ਹੈ। ਅਤੇ ਸਾਰੇ ਦੇਵਤੇ ਕਹਿੰਦੇ ਵੀ ਹੁਣ ਕੌਣ ਆਖੇ ਰਾਜੇ ਨੂੰ? ਪਾਤਸ਼ਾਹ ਨੇ ਇਹਨਾਂ ਨੂੰ ਡਰ ਲੱਗਦਾ, ਕੋਲ ਜਾਣ ਤੋਂ ਡਰਦੇ ਨੇ। ਉੱਥੇ ਬਚਨ ਲਿਖਿਆ ਗੁਰੂ ਅਮਰਦਾਸ ਸਾਹਿਬ ਜੀ ਨੇ, ਦੇਵ ਕੁਲੀ ਲਖਮੀ ਤੋਂ ਕਰੈ ਜੈਕਾਰ। ਦੇਵ ਕੁਲੀ ਦੇਵਤੇ 33 ਕਰੋੜ ਇਕੱਠੇ ਹੋ ਕੇ ਲਕਸ਼ਮੀ ਦੇ ਕੋਲ ਗਏ। ਫਿਰ ਮਾਤਾ ਨਰਸਿੰਘ ਕਾ ਰੂਪ ਨਿਵਾਰ, ਹੇ ਮਾਤਾ ਜੀ ਤੇਰਾ ਤੇ ਘਰ ਵਾਲਾ ਗੱਲ ਮੰਨ ਲਏਗਾ, ਸਾਨੂੰ ਤੇ ਡਰ ਲੱਗਦਾ, ਤੇ ਤੂੰ ਇੰਜ ਕਰ, ਇਹਨੂੰ ਕਹਿ ਵੀ ਆਹ ਰੂਪ ਜਿਹੜਾ ਨਾ ਅੱਧਾ ਸ਼ੇਰ ਤੇ ਅੱਧਾ ਬੰਦੇ ਦਾ ਤੇ ਬੜਾ ਭਿਆਨਕ ਰੂਪ ਇਹ ਦੂਰ ਕਰ ਲੈ। ਦੇਵ ਕੁਲੀ ਲਖਮੀ ਕੋ ਕਰੈ ਜੈਕਾਰ, ਮਾਤਾ ਨਰਸਿੰਘ ਕਾ ਰੂਪ ਨਿਵਾਰ। ਤੇ ਅੱਗੋਂ ਲਕਸ਼ਮੀ ਕਹਿੰਦੀ
ਕਹਿੰਦੀ ਮੈਂ ਸੋਚਦੀ ਹਾਂ ਜਦੋਂ ਲਕਸ਼ਮੀ ਨੇ ਵੇਖਿਆ ਵੀ ਭਗਵਾਨ ਵੱਲ ਤਾਂ ਉਹ ਵੀ ਡਰ ਗਈ। ਕਿੰਨਾ ਸੋਹਣਾ ਲਿਖਿਆ ਗੁਰੂ ਅਮਰਦਾਸ ਸਾਹਿਬ ਨੇ ਭੈਰੋਂ ਮਹੱਲਾ ਤੀਜਾ, ਕਹਿੰਦੇ ਲਕਸ਼ਮੀ ਭੌ ਕਰੈ, ਉਹ ਵੀ ਡਰ ਗਈ ਨਾ ਸਾਕੇ ਜਾਏ। ਉਹ ਕਹਿੰਦੀ ਅੱਜ ਤਾਂ ਇੰਨੇ ਗੁੱਸੇ 'ਚ ਕੀ ਪਤਾ ਮੈਨੂੰ ਵੀ ਨਾ ਚਪੇੜ ਮਾਰ ਦੇਵੇ, ਹੈਂ ਅੱਜ ਤਾਂ ਬਾਹਲਾ ਹੀ ਡਾਢਾ ਹੋਇਆ। ਲਕਸ਼ਮੀ ਭੌ ਕਰੈ ਨਾ ਸਾਕੇ ਜਾਏ, ਕਹਿੰਦੀ ਮੇਰੇ ਹੱਥ ਖੜੇ ਨੇ, ਅੱਜ ਨਹੀਂ ਮੇਰੀ ਮੰਨਣੀ ਇਹਨੇ, ਅੱਜ ਨਹੀਂ ਇਹ ਠੰਡਾ ਹੋਣ ਵਾਲਾ ਮੇਰੇ ਆਖੇ ਲੱਗ ਕੇ। ਕਹਿੰਦੇ ਫਿਰ, ਕਹਿੰਦੇ ਪ੍ਰਹਲਾਦ ਨੂੰ ਕਹਿ ਦਿਓ ਉਹਦੀ ਮੰਨ ਲਏਗਾ। ਫਿਰ ਸਾਰੇ ਦੇਵਤੇ ਪ੍ਰਹਲਾਦ ਦੇ ਪੈਰੀ ਪਏ, ਕਹਿੰਦੇ ਇਹਨੂੰ ਬਾਪੂ ਨੂੰ ਠੰਡਾ ਕਰ ਜਿਵੇਂ ਮਰਜ਼ੀ। ਪ੍ਰਹਲਾਦ ਜਨ ਚਰਨੀ ਲਾਗਾ ਆਏ, ਇਹ ਪਵਿੱਤਰ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਲਿਖੇ ਹੋਏ। ਪ੍ਰਹਲਾਦ ਪੈਰੀ ਪੈ ਗਿਆ, ਕਹਿਣ ਲੱਗਾ ਪਰਮੇਸ਼ਰ ਸੱਚੇ ਪਾਤਸ਼ਾਹ ਜੀ ਬਸ ਹੁਣ ਆਪਣਾ ਕ੍ਰੋਧ ਸ਼ਾਂਤ ਕਰ ਲਓ ਅਤੇ ਸ਼ਾਂਤ ਸਰੂਪ 'ਚ ਆ ਜਾਓ। ਅਤੇ ਉਹ ਸਤਿਗੁਰੂ ਪਰਮੇਸ਼ਰ ਅਕਾਲ ਪੁਰਖ ਜੀ ਫਿਰ ਆਪਣੇ ਸਰਗੁਣ ਸਰੂਪ 'ਚ ਦਰਸ਼ਨ ਦਿੱਤੇ। ਇਹ ਆਪਣੇ ਭਗਤਾਂ ਵਾਸਤੇ ਫਿਰ ਸਾਰੀਆਂ ਹੱਦਾਂ ਟੱਪ ਲ ਜਾਂਦੇ ਹਨ। ਜਬ ਸਹਾਏ ਨੇ ਤੇ ਜਨ ਕੀ ਕਰੈ, ਜਦੋਂ ਆਪਣੇ ਜਨਾਂ ਦੀ ਸਹਾਇਤਾ ਕਰਨੀ ਹੁੰਦੀ ਹੈ ਨਾ, ਉਦੋਂ ਫਿਰ ਮਰਯਾਦਾ ਨਹੀਂ ਵੇਖਦੇ। ਤੇ ਪਹਿਚਾਤ ਸਭਨ ਸੁਧ ਧਰੈ, ਉਦੋਂ ਬਾਅਦ ਫਿਰ ਦੂਜਿਆਂ ਵੱਲ ਦੇਖਦੇ, ਪਹਿਲਾਂ ਆਪਣੇ ਭਗਤਾਂ ਵੱਲ ਵੇਖਦੇ, ਉਸ ਵੇਲੇ ਨਹੀਂ ਫਿਰ ਪ੍ਰਵਾਹ ਕਰਦੇ। ਆ ਪੰਕਤੀਆਂ ਸਕਰੀਨ ਦੇ ਉੱਤੇ ਗਿਆਨੀ ਵਰਿਆਮ ਸਿੰਘ ਹੋਰਾਂ ਨੇ ਲਵਾ ਦਿੱਤੀਆਂ, ਕਿਉਂਕਿ ਕਈਆਂ ਨੂੰ ਅੱਜ ਕੱਲ੍ਹ ਨਾ ਕੰਨਾਂ 'ਚ ਸੁਣ ਕੇ ਖੁਰਕ ਹੋਣ ਲੱਗ ਜਾਂਦੀ ਹੈ ਵੀ ਇਹ ਦੇਵਤੇ ਕਿੱਥੋਂ ਆ ਗਏ, ਪ੍ਰਹਲਾਦ ਕਿੱਥੋਂ ਆ ਗਿਆ, ਵਿਸ਼ਨੂੰ ਕਿੱਥੋਂ ਆ ਗਿਆ। ਸਾਡੇ ਵਿੱਚ ਹੀ ਭਰਾ ਸਾਡੇ ਕਈ ਇਹੋ ਜਿਹੇ ਨੇ, ਨਾ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਨਾ ਸੁਣਿਆ, ਰੌਲਾ ਜ਼ਿਆਦਾ ਪਾਉਂਦੇ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦੇ ਬਚਨ ਨੇ, ਕਹਿੰਦੇ ਦੇਵ ਕੁਲੀ ਲਖਮੀ ਕੋ ਕਰੈ ਜੈਕਾਰ, ਮਾਤਾ ਨਰਸਿੰਘ ਕਾ ਰੂਪ ਨਿਵਾਰ, ਲਖਮੀ ਭਉ ਕਰੈ ਨਾ ਸਾਕੈ ਜਾਏ, ਪ੍ਰਹਲਾਦ ਜਨ ਚਰਨੀ ਲਾਗਾ ਆਏ। ਇਹ ਪਵਿੱਤਰ ਪਾਵਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਾਣੀ ਹੈ। ਹਾਂਜੀ, ਤੇ ਪਹਿਚਾਰ ਸਭਨ ਤੁਧ ਧਰੈ, ਸਹਿਜ ਸੁਭਾਏ ਇਨਹੋ ਕੋ ਐਸੇ, ਪੈਂਦੇ ਖਾਨ ਇਹਨਾਂ ਦਾ ਸੁਭਾਅ ਹੀ ਇਹੋ ਜਿਹਾ, ਇਹ ਆਪਣੇ ਭਗਤ ਨੂੰ ਵੇਖਦੇ ਆ, ਜਦੋਂ ਭਗਤ ਦੀ ਗੱਲ ਆਉਂਦੀ ਫਿਰ ਸਾਰੀਆਂ ਕੰਧਾਂ ਟੱਪ ਜਾਂਦੇ ਆ, ਫਿਰ ਇਹ ਨਹੀਂ ਮਰਿਆਦਾ ਵੱਲ ਦੁਨਿਆਵੀ ਵੇਖਦੇ, ਆਪਣੇ ਭਗਤ ਵਾਸਤੇ ਉਹ ਵੀ ਕੰਮ ਕਰ ਦਿੰਦੇ ਆ ਜਿਹੜਾ ਨਹੀਂ ਕਰਨਾ ਹੁੰਦਾ। ਹਾਂਜੀ, ਜਨ ਕੋ ਰੱਖਿਆ ਜੈਸੇ ਕੈਸੇ, ਆਪਣੇ ਭਗਤ ਦੀ ਰੱਖਿਆ ਕਰਦੇ ਆ ਜਿਵੇਂ ਕਿਵੇਂ ਕਰਨੀ ਪੈ ਜਾਵੇ, ਕਿਉਂਕਿ ਅਰਨਾਕਸ਼ ਨੇ ਵਰ ਲਿਆ ਸੀ ਨਾ ਮੈਂ ਅੰਦਰ ਮਰਾਂ ਅਤੇ ਨਾ ਮੈਂ ਬਾਹਰ ਮਰਾਂ, ਨਾ ਮੈਂ ਧਰਤੀ 'ਤੇ ਮਰਾਂ, ਨਾ ਮੈਂ ਆਕਾਸ਼ ਵਿੱਚ ਮਰਾਂ, ਨਾ ਮੈਂ ਸ਼ਸਤਰ ਨਾਲ ਮਰਾਂ, ਨਾ ਮੈਂ ਕਿਸੇ ਅਸਤਰ ਨਾਲ ਮਰਾਂ, ਨਾ ਮੈਂ ਦਿਨੇ ਮਰਾਂ, ਨਾ ਮੈਂ ਰਾਤੀ ਮਰਾਂ, ਨਾ ਮੈਂ ਕਿਸੇ ਬੰਦੇ ਕੋਲੋਂ ਮਰਾਂ, ਨਾ ਮੈਂ ਕਿਸੇ ਪਸ਼ੂ ਕੋਲੋਂ ਮਰਾਂ। ਹੁਣ ਉਹਨੂੰ ਮਾਰਨਾ ਵੀ ਸੀਗਾ, ਭਗਤ ਦੀ ਰੱਖਿਆ ਕਰਨੀ ਸੀ, ਪਰਮੇਸ਼ਰ ਨੇ ਐਸਾ ਰੂਪ ਧਾਰਨ ਕੀਤਾ। ਅੱਛਾ, ਉਹਨੇ ਇਹ ਵੀ ਕਿਹਾ ਸੀ ਵੀ ਬ੍ਰਹਮਾ ਦੀ ਰਚਨਾ 'ਚ ਪੈਦਾ ਹੋਏ ਕਿਸੇ ਦੁਆਰਾ ਨਾ ਮੈਂ ਮਰਾਂ। ਹੁਣ ਬ੍ਰਹਮਾ ਦੀ ਰਚਨਾ ਕੀ ਹੈ? ਮਾਂ ਦੇ ਪੇਟ ਤੋਂ ਜਨਮ ਲੈਣਾ, ਕੋਈ ਵੀ ਜੂਨੀ ਹੈ ਮਾਂ ਦੇ ਪੇਟ ਤੋਂ ਜਨਮ ਲੈਂਦਾ, ਪਰ ਹੁਣ ਮਾਂ ਦੇ ਪੇਟ ਤੋਂ ਜਨਮ ਲੈ ਕੇ ਨਹੀਂ ਸੀ ਮਾਰ ਸਕਦੇ, ਥੰਮ ਵਿੱਚੋਂ ਨਿਕਲਿਆ, ਥੰਮ ਪਾੜ ਹਰ ਪ੍ਰਗਟਿਆ, ਥੰਮ 'ਚੋਂ ਪਾੜ ਕੇ ਨਿਕਲਿਆ ਸੀ ਭਗਵਾਨ, ਅੱਧਾ ਸ਼ੇਰ ਦਾ ਅੱਧਾ ਬੰਦੇ ਦਾ। ਫੜ ਲਿਆ ਰਨਾਕਸ਼ ਨੂੰ, ਲਿਆ ਕੇ ਡਿਊਟੀ 'ਚ ਰੱਖ ਲਿਆ, ਸ਼ਾਮ ਦਾ ਨਾ ਦਿਨ ਸੀ ਨਾ ਰਾਤ ਸੀ, ਸੰਧਿਆ ਦਾ ਟਾਈਮ ਸੀ। ਕਹਿਣ ਲੱਗੇ ਦੇਖ ਬਈ ਰਨਾਕਸ਼, ਨਾ ਦਿਨ ਹੈ ਨਾ ਰਾਤ ਹੈ,
ਨਾ ਅੰਦਰ ਹੈ ਨਾ ਬਾਹਰ ਹੈ, ਦਿਉੜੀ ਦੇ ਵਿਚਕਾਰ ਹੈ। ਨਾ ਤੂੰ ਧਰਤੀ ਤੇ ਨਾ ਆਸਮਾਨ ਤੇ ਮੇਰੇ ਪੱਟਾਂ ਤੇ ਹੈ, ਨਾ ਮੈਂ ਬੰਦਾ ਨਾ ਮੈਂ ਜਾਨਵਰ ਨਰ ਸਿੰਘ ਹਾਂ ਮੈਂ, ਨਾ ਮੇਰੇ ਕੋਲ ਕੋਈ ਸ਼ਸਤਰ ਹੈ ਨਾ ਮੇਰੇ ਕੋਲ ਅਸਤਰਾਂ, ਮੇਰੇ ਹੱਥ ਦੀਆਂ ਪੰਜੇ ਦੀਆਂ ਨੂੰਹਾਂ ਹੀ ਨੂੰਦਰਾਂ ਨੇ। ਲੈ ਹੁਣ ਮੈਂ ਤੈਨੂੰ ਮਾਰਨ ਲੱਗਾ ਤੇ ਮਾਰਿਆ ਵੀ ਪੇਟ ਪਾੜ ਕੇ, ਪੇਟ ਪਾੜ ਕੇ ਅੰਦਰਾਂ ਬਾਹਰ ਕੱਢ ਦਿੱਤੀ। ਤੋ ਕਹਿੰਦੇ ਨੇ ਆਪਣੇ ਭਗਤਾਂ ਵਾਸਤੇ ਤੇ ਉਹ ਕੰਮ ਕਰ ਦਿੰਦਾ ਜਿਹੜਾ ਹੋ ਨਹੀਂ ਸਕਦਾ, ਹੁਣ ਥੰਮ ਵਿੱਚੋਂ ਵੀ ਕੋਈ ਨਿਕਲ ਸਕਦਾ? ਥੰਮ ਪਾੜ ਹਰ ਪ੍ਰਗਟਿਆ ਨਰ ਸਿੰਘ ਰੂਪ ਆਦਿ ਜੁਗਾਦ, ਭਾਈ ਗੁਰਦਾਸ ਜੀ ਦੀ ਬਾਣੀ। ਥੰਮ ਪਾੜ ਹਰ ਪ੍ਰਗਟਿਆ ਕਿ ਨਰ ਸਿੰਘ ਰੂਪ ਅਨਾਦ, ਨਰ ਸਿੰਘ ਰੂਪ ਅਨੂਪ ਅਨਾਦ, ਐਸਾ ਪਾਵਨ ਸਰੂਪ ਪ੍ਰਗਟ ਹੋਇਆ ਵੀ ਜਿਹੜਾ ਦੁਨੀਆਂ ਵਿੱਚ ਨਹੀਂ ਹੋ ਸਕਦਾ। ਹਾਂਜੀ, ਸੋ ਕਤ ਇਹਾਂ ਕੀਨ ਗੁਸਾਈ, ਉਹ ਖੇਡ ਇੱਥੇ ਮੇਰੇ ਪਾਤਸ਼ਾਹ ਨੇ ਪ੍ਰਤੱਖ ਕਰਕੇ ਵਿਖਾਈ ਹੈ। ਤਪਤ ਜੇਠ ਤੂਰਨ ਕਰ ਧਾਈ, ਇੰਨੀ ਗਰਮੀ ਜੇਠ ਦਾ ਮਹੀਨਾ, ਧੁੱਪ ਲੂਆਂ ਚੱਲਦੀਆਂ, ਇੱਕ ਪਾਣੀ ਦਾ ਪਿਆਲਾ ਪੀਣ ਲਈ ਆਏ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ, ਮੇਰੀਆਂ ਪੀਰੀਆਂ ਦੇ ਮਾਲਕ। ਸੋ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਦੀ ਪਵਿੱਤਰ ਪਾਵਨ ਕਥਾ ਛੇਵੇਂ ਪਾਤਸ਼ਾਹ ਦੀ ਬੜੀ ਮਹਾਨ ਹੈ, ਆਪਾਂ ਰੋਜ਼ ਸਰਵਣ ਕਰ ਰਹੇ ਹਾਂ। ਗੁਰੂ ਕਿਰਪਾ ਕਰੇ ਸਾਡੇ ਅੰਦਰ ਸਿੱਧਕ ਭਰੋਸਾ ਸਿੱਖੀ ਦਾ ਬੀਜ ਲੱਗੇ, ਅਸੀਂ ਗੁਰੂ ਵਾਲੇ ਬਣੀਏ, ਲੋਕ ਸੁਖੀਏ, ਪਰਲੋਕ ਸੁਹੇਲੇ ਹੋ ਜਾਈਏ। ਸਤਿਗੁਰੂ ਮਿਹਰਾਂ ਕਰਨ, ਸਾਰੀਆਂ ਸੰਗਤਾਂ ਨੂੰ ਦੀਪਮਾਲਾ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਹੇ ਗੋਬਿੰਦ, ਹੇ ਗੋਪਾਲ ਬਿੰਦ, ਹੇ ਗੋਪਾਲ ਬਿੰਦ।